ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਮੈਂ ਹਾਂ ਮੋਹਿਤ ਰੁੱਬਲ। ਅਤੇ ਇੱਕ ਵਾਰ ਫਿਰ ਜਿਹੜਾ ਪ੍ਰੋਗਰਾਮ ਇਲੈਕਸ਼ਨ ਆ ਰਹੇ ਉਹ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਅਤੇ ਅੱਜ ਇੱਕ ਨਵੇਂ ਮੁੱਦੇ ਦੇ ਉੱਪਰ ਗੱਲਬਾਤ ਹੋਵੇਗੀ। ਮੁੱਦਾ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਹਮੇਸ਼ਾ ਐਂ ਕਿਉਂ ਕਰਦੀਆਂ ਨੇ ਕਿ ਛੋਟਾ ਜਿਹਾ ਮਸਲਾ ਜਿਸ ਨੂੰ ਮੁੱਢ ਤੋਂ ਹੀ ਸੰਭਾਲਿਆ ਜਾ ਸਕਦਾ, ਸੋਲਵ ਕੀਤਾ ਜਾ ਸਕਦਾ, ਪਰ ਉਸਨੂੰ ਵੱਡਾ ਹੋਣ ਦਿੱਤਾ ਜਾਂਦਾ, ਜਿਸ ਕਰਕੇ ਮੁਜ਼ਾਹਰੇ ਹੁੰਦੇ ਨੇ, ਲੋਕਾਂ ਨੂੰ ਆਪਣਾ ਰੋਸ ਪ੍ਰਗਟ ਕਰਨਾ ਪੈਂਦਾ, ਐਂਡ ਈਵਨ ਉਦੋਂ ਵੀ ਜਿਹੜਾ ਸਲਿਊਸ਼ਨ ਹੈ ਕਦੀ ਕਦਾਈ ਨਹੀਂ ਹੁੰਦਾ। ਸੋ ਇਸ ਪੂਰੇ ਮੁੱਦੇ ਦੇ ਉੱਪਰ ਪੂਰੀ ਵਿਚਾਰ ਚਰਚਾ ਅਸੀਂ ਕਰਾਂਗੇ। ਸਾਡੇ ਨਾਲ ਅਲੱਗ ਅਲੱਗ ਪਾਰਟੀਆਂ ਤੋਂ ਦੋ ਸਾਡੇ ਨਾਲ ਜੁੜ ਚੁੱਕੇ ਨੇ। ਕਾਂਗਰਸ ਪਾਰਟੀ ਤੋਂ ਮੈਂ ਸਵਾਗਤ ਕਰਦਾ ਵਾਂ ਐਡਵੋਕੇਟ ਕਰਨਜੋਤ ਸਿੰਘ ਚਿੱਕਾ ਜੀ ਦਾ। ਅਕਾਲੀ ਦਲ 'ਚ ਸਾਡੇ ਨਾਲ ਜੁੜੇ ਨੇ ਰਣਜੀਤ ਸਿੰਘ ਖੋਜੇਵਾਲ ਜੀ, ਅਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਜੀ। ਸੋ ਤਿੰਨਾਂ ਹੀ ਦੋਸਤਾਂ ਦਾ ਮੈਂ ਸਵਾਗਤ ਕਰਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸਭ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਹੈ ਉਹ ਬੇਸਿਕ ਸਵਾਲ ਹੈ, ਐਂਡ ਤਿੰਨਾਂ ਹੀ ਪਾਰਟੀਆਂ ਤੋਂ ਮੈਂ ਪੁੱਛ ਰਿਹਾ ਕਿ ਹਮੇਸ਼ਾ ਜ਼ਰੂਰੀ ਨਹੀਂ ਕਿ ਸਿਰਫ ਚਾਹੇ ਮੈਂ ਕਾਂਗਰਸ ਦੀ ਗੱਲ ਕਰਾਂ ਜਾਂ ਅਕਾਲੀ ਦਲ ਦੀ ਗੱਲ ਕਰਾਂ ਜਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਹਮੇਸ਼ਾ ਇਹ ਦੇਖਿਆ ਜਾਂਦਾ ਕਿ ਸਰਕਾਰ ਜਿਹੜੀ ਹੈ ਉਹ ਇਲੈਕਸ਼ਨਾਂ ਦੇ ਵੇਲੇ ਵੱਡੇ ਵੱਡੇ ਵਾਅਦੇ ਕਰ ਦਿੰਦੀ ਹੈ, ਐਂਡ ਉਸ ਵਾਅਦਿਆਂ ਨੂੰ ਟਾਈਮ 'ਤੇ ਪੁਗਾਇਆ ਨਹੀਂ ਜਾਂਦਾ, ਟਾਈਮ 'ਤੇ ਪੁਗਾਇਆ ਨਹੀਂ ਜਾਂਦਾ, ਜਿਸ ਕਰਕੇ ਲੋਕ ਜਿਹੜੇ ਨੇ ਉਹ ਕਾਫੀ ਵਾਰ ਫਿਰ ਮੁਜ਼ਾਹਰੇ ਕਰਦੇ ਨੇ, ਰੋਸ ਕਰਦੇ ਨੇ, ਉਸ ਰੋਸ ਦੇ ਦਰਮਿਆਨ ਫਿਰ ਜਿਹੜਾ ਨੁਕਸਾਨ ਹੋ ਜਾਂਦਾ, ਕਈਆਂ ਲੋਕਾਂ ਦੀ ਜਾਨਾਂ ਚਲੇ ਜਾਂਦੀਆਂ ਨੇ। ਸੋ ਛੋਟੇ ਹੁੰਦੇ ਹੀ ਉਸ ਮਸਲੇ ਨੂੰ ਕਿਉਂ ਨਹੀਂ ਸੰਭਾਲਿਆ ਜਾਂਦਾ, ਉਦੋਂ ਹੀ ਸੋਲਵ ਕਿਉਂ ਨਹੀਂ ਕਰ ਦਿੱਤਾ ਜਾਂਦਾ? ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਅਜਿਹੀਆਂ ਕਾਫੀ ਸਾਰੀਆਂ ਜਿਹੜੀ ਚੀਜ਼ਾਂ ਨੇ ਅਸੀਂ ਵੇਖ ਰਹੇ ਹਾਂ, ਨੋ ਡਾਊਟ ਉਹਨਾਂ ਦਾ ਹੱਲ ਵੀ ਕੀਤਾ ਜਾ ਰਿਹਾ, ਬਟ ਫਿਰ ਵੀ ਇਹਦੀ ਨੌਬਤ ਕਿਉਂ ਆ ਰਹੀ ਹੈ? ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੌਜੂਦਾ ਸਰਕਾਰ ਹੈ, ਕਾਂਗਰਸ ਪਾਰਟੀ, ਉਹਨਾਂ ਦੇ ਜਿਹੜੇ ਸਾਡੇ ਨਾਲ ਜਿਹੜੇ ਸਪੋਕਸਪਰਸਨ ਜੁੜੇ ਨੇ ਕਰਨਜੋਤ, ਉਹਨਾਂ ਤੋਂ ਸਵਾਲ ਪੁੱਛਦੇ ਹਾਂ। ਕਰਨਜੋਤ ਜੀ, ਤੁਹਾਡਾ ਇਸ ਪੂਰੇ ਸਵਾਲ ਦੇ ਉੱਪਰ ਤੁਹਾਡੀ ਕੀ ਰਾਏ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਵਾਂ। ਦੂਜੀ ਗੱਲ, ਜਿਹੜੀ ਤੁਸੀਂ ਇਹ ਸਵਾਲ ਪੁੱਛਿਆ ਤੇ ਜਿਹੜਾ ਅੱਜ ਦਾ ਮੁੱਦਾ ਡਿਬੇਟ ਦਾ, ਇਟ ਇਜ਼ ਅ ਵੈਰੀ ਕਹਿ ਲਓ ਕਿ ਜ਼ਰੂਰੀ ਮੁੱਦਾ, ਕਿਉਂਕਿ ਜੇ ਅਸੀਂ ਲੋਕਤੰਤਰ ਡੈਮੋਕ੍ਰੇਸੀ ਦੀ ਗੱਲ ਕਰੀਏ ਜੀ, ਤੇ ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫੋਰ ਦਾ ਪੀਪਲ। ਲੋਕਾਂ ਦੁਆਰਾ ਬਣਾਈ ਗਈ ਲੋਕਾਂ ਦੀ ਸਰਕਾਰ ਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਹਾਂ, ਤੇ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਜੋ ਲੋਕ ਚਾਹਣ ਉਹ ਚੀਜ਼ ਹੋਣੀ ਚਾਹੀਦੀ, ਜੋ ਲੋਕ ਚਾਹਣ, ਜੋ ਪੋਲਿਸੀ ਫਰੇਮ ਹੋਣ ਉਹ ਇੰਪਲੀਮੈਂਟ ਹੋਣੇ ਚਾਹੀਦੇ, ਜੋ ਲੋਕ ਹਿੱਤ ਵਿੱਚ ਹੋਵੇ ਉਹ ਮੋਹਰੇ ਆਉਣਾ ਚਾਹੀਦਾ, ਲੋਕਾਂ ਦਾ ਭਲਾ ਹੋਣਾ ਚਾਹੀਦਾ। ਨੋ ਡਾਊਟ ਸਾਡੇ ਸੰਵਿਧਾਨ ਵਿੱਚ ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਦਿੱਤਾ ਹੋਇਆ ਆਰਟੀਕਲ 21 ਵਿੱਚ, ਜਿਹੜਾ ਇਹ ਕਹਿੰਦਾ ਕਿ ਜੇ ਤੁਹਾਨੂੰ ਸਰਕਾਰ ਦੇ ਟੁਵਰਡਸ ਕੋਈ ਪ੍ਰੋਬਲਮ ਆ ਜਾਂ ਕੁਛ ਆ ਤੇ ਤੁਸੀਂ ਆਪਣਾ ਜ਼ਾਹਿਰ ਕਰ ਸਕਦੇ ਆ, ਉਹ ਤੇ ਤੁਹਾਨੂੰ ਪੂਰਾ ਰਾਈਟ ਦਿੱਤਾ। ਉਹ ਧਰਨੇ ਵਗੈਰਾ ਵਿੱਚ ਲੋਕ ਆਪਣੇ ਕਿਸੇ ਵੀ ਤਰ੍ਹਾਂ ਉਸਨੂੰ ਜ਼ਾਹਿਰ ਕਰਨ ਦੇ ਤਰੀਕੇ ਅਪਣਾਉਂਦੇ ਹਨ ਅਤੇ ਸਰਕਾਰ ਤੱਕ ਉਹ ਮੈਸੇਜ ਪਹੁੰਚਾਉਂਦੇ ਹਨ, ਤੇ ਸਰਕਾਰਾਂ ਦੀਆਂ ਵੀ ਇਹ ਜ਼ਿੰਮੇਵਾਰੀਆਂ ਬਣਦੀਆਂ। ਤਾਂ ਮੈਂ ਹੁਣ ਐਗਜ਼ਾਮਪਲ ਦੇਣਾ ਚਾਹੂੰਗਾ ਕਿ ਪਿਛਲੇ ਦਿਨੀ ਵੀ ਆਪਾਂ ਜੋ ਦੇਖਿਆ ਕਿ ਪੰਜਾਬ ਵਿੱਚ ਗੰਨੇ ਦੀ ਮਿਨੀਮਮ ਜੋ ਕਾਮਨ ਪ੍ਰਾਈਸ ਜਾਂ ਮਿਨੀਮਮ ਸਪੋਰਟ ਪ੍ਰਾਈਸ ਜਾਂ ਐਫਰ ਵੀ ਜੋ ਵੀ ਆਪਾਂ ਉਹਨੂੰ ਕਹਿੰਦੇ ਹਾਂ, ਉਹਨੂੰ ਲੈ ਕੇ ਵੀ ਧਰਨੇ ਮੁਜ਼ਾਹਰੇ ਹੋਏ। ਪਰ ਇਹ ਸਾਡੀ ਸਰਕਾਰ, ਇਹ ਕੈਪਟਨ ਸਰਕਾਰ ਜੀ ਦੀ ਵਿਜ਼ਨ ਸੀ, ਕੈਪਟਨ ਸਰਕਾਰ ਜੀ ਦਾ ਦਿਲ ਸੀ, ਜਿਹੜਾ ਕੈਪਟਨ ਸਰਕਾਰ ਜੀ ਨੇ ਕਿਸਾਨਾਂ ਆਗੂਆਂ ਦੀਆਂ ਸੁਣੀਆਂ, ਉਹਨਾਂ ਦਾ ਮਿਨੀਮਮ ਰੇਟ ਸੈੱਟ ਕੀਤਾ ਗੰਨੇ ਲਈ, ਅਤੇ ਉਹ ਧਰਨਾ ਬਹੁਤ ਹੀ ਛੇਤੀ ਲਿਫਟ ਹੋ ਗਿਆ। ਇਹ ਕਿਉਂ ਲਿਫਟ ਹੋਇਆ? ਕਿਉਂਕਿ ਇਹ ਸਾਡੀ ਸਰਕਾਰ ਦੀ ਸੋਚ ਆ ਕਿ ਇਹ ਸਰਕਾਰ, ਸਾਡੀ ਕਾਂਗਰਸ ਸਰਕਾਰ, ਲੋਕਾਂ ਦੀ ਸਰਕਾਰ, ਲੋਕਾਂ ਲਈ ਬਣਾਈ ਹੋਈ ਸਰਕਾਰ, ਲੋਕਾਂ ਦੇ ਕੰਮ ਕਰਨ ਦੀ ਸਰਕਾਰ। ਜਿਹੜਾ ਪਾਰਟੀ, ਜਿਹੜੀ ਸਰਕਾਰ ਆਪਣੇ ਲੋਕਾਂ ਦਾ ਦੁੱਖ ਸਮਝਦੀ ਆ, ਉਹ ਤਾਂ ਲੋਕਾਂ ਦੀ ਗੱਲ ਨੂੰ ਛੇਤੀ ਅੰਡਰਸਟੈਂਡ ਕਰਕੇ, ਅਡੈਪਟ ਕਰਕੇ ਫੋਲੋ ਕਰ ਲੈਂਦੀ। ਪਰ ਜੇ ਹੁਣ ਆਪਾਂ ਦਿੱਲੀ ਦੀ ਗੱਲ ਕਰੀਏ, ਜਿੱਥੇ ਸਾਡੇ ਕਿਸਾਨ ਭਰਾ ਪਤਾ ਨੀ ਕਿੰਨੇ ਮਹੀਨਿਆਂ ਤੋਂ ਪਤਾ ਨੀ ਧਰਨਿਆਂ ਤੇ ਬੈਠੇ ਆ, ਆਪਣੀਆਂ ਜਾਨਾਂ ਗਵਾ ਚੁੱਕੇ ਆ, ਪਰ ਦਿੱਲੀ ਦੀ ਮੋਦੀ ਸਰਕਾਰ ਦੇ ਕੰਨ ਤੇ ਰੂਹ ਤੱਕ ਨੀ ਗੇਂਜ ਰਹੀ,
ਇਸ ਲਈ ਇਹ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਸਰਕਾਰ ਆ ਇਹ ਲੋਕਾਂ ਲਈ ਬਣਾਈ ਗਈ ਸਰਕਾਰ ਆ, ਤੇ ਇਹ ਧਰਨੇ ਆਪਣਾ ਵੱਡਾ ਦਿਲ ਦਿਖਾਓ, ਧਰਨਾ ਚੁਕਵਾਓ, ਤੇ ਕਿਸਾਨਾਂ ਦੀ ਜਿੱਦਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਨੂੰ ਸੁਣਿਆ, ਅਡੋਪਟ ਕੀਤਾ ਤੇ ਕਿਸਾਨਾਂ ਨੂੰ ਡਿਲੀਵਰ ਕੀਤਾ, ਮੋਦੀ ਸਰਕਾਰ ਨੂੰ ਵੀ ਵੱਡਾ ਦਿਲ ਦਿਖਾ ਕੇ ਉਹ ਕਰਨਾ ਚਾਹੀਦਾ। ਜੀ ਵੀ ਵਾਕਈ ਪਲੱਸ ਪੁਆਇੰਟ ਤਾਂ ਹੈ ਕਿ ਕਾਂਗਰਸ ਸਰਕਾਰ ਜਿਹੜੀ ਹੈ ਉਸਨੇ ਜਿਹੜੇ ਗੰਨੇ ਦਾ ਜਿਹੜਾ ਮਸਲਾ ਉੱਠਿਆ ਸੀਗਾ ਉਸ ਨੂੰ ਨਿਪਟਾ ਲਿਆ। ਨੋ ਡਾਊਟ 2-3 ਦਿਨ ਜਿਹੜਾ ਹੈ ਮਸਲਾ ਚੱਲਿਆ, ਪਰ ਉਸ ਦੇ ਨਾਲ ਵੀ ਕਾਫੀ ਸਾਰੇ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਹਮਣਾ ਕਰਨਾ ਪਿਆ। ਸੋ ਮੈਂ ਹੁਣ ਅਕਾਲੀ ਦਲ ਦੇ ਜਿਹੜੇ ਰਣਜੀਤ ਸਿੰਘ ਖੋਜੇਵਾਲ ਨੇ ਉਹਨਾਂ ਦਾ ਬਿਆਨ ਲੈਣਾ ਚਾਹਾਂਗਾ ਕਿ ਉਹ ਕੀ ਕਹਿੰਦੇ ਨੇ ਕਿ ਜਦੋਂ, ਕਿਉਂਕਿ ਜਿਹੜਾ ਮਸਲਾ ਹੈ ਇਕੱਲੇ ਅਸੀਂ ਗੰਨੇ ਦੇ ਮਸਲੇ ਦੀ ਗੱਲ ਨਹੀਂ ਕਰ ਰਹੇ, ਕਿੰਨੇ ਵੀ ਜਿਹੜੇ ਮਸਲੇ ਨੇ ਚਾਹੇ ਟੀਚਰਸ ਜਿਹੜੇ ਨੇ ਚਾਹੇ ਠੇਕੇ ਤੇ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ, ਸੋ ਉਹ ਜਿਹੜੇ ਨੇ ਉਹ ਹਮੇਸ਼ਾ ਛੋਟੀਆਂ ਜਿਹੜੀਆਂ ਮੰਗਾਂ ਜਦੋਂ ਪਹਿਲਾਂ ਸਰਕਾਰਾਂ ਨੇ ਆਪ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਨੂੰ ਨਹੀਂ ਪੁਗਾਇਆ ਜਾਂਦਾ, ਫਿਰ ਲੋਕਾਂ ਨੂੰ ਧਰਨੇ ਤੇ ਬਹਿਣਾ ਪੈਂਦਾ। ਸੋ ਤੁਹਾਡੀ ਪਾਰਟੀ ਜਿਹੜੀ ਹੈ ਉਸ ਤੇ ਤੁਹਾਡਾ ਕੀ ਸਟੈਂਡ ਹੈ ਉਸ ਮੁੱਦੇ ਦੇ ਉੱਪਰ? ਪਹਿਲਾਂ ਸਾਰੇ ਵੀਰਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਮੌਜੂਦਾ ਸਰਕਾਰ ਆ, ਕੈਪਟਨ ਸਰਕਾਰ ਆ, ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਪਰ ਉਹ ਮੇਰੇ ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਵੀ ਗੰਨੇ ਦੀ ਕੀਮਤ ਜਿਹੜੀ ਆ ਉਹ ਮਿਨੀਮਮ ਆਪਾਂ ਪ੍ਰਾਈਸ ਸੈੱਟ ਕਰਦਾ, ਬਹੁਤ ਚੰਗੀ ਗੱਲ ਆ, ਜਿਹੜੀ ਗੱਲ ਚੰਗੀ ਆ ਚੰਗੀ ਕਹਿਣਾ ਚਾਹੀਦਾ। ਪਰ ਹੋਰ ਬਹੁਤ ਸਾਰੇ ਮੁੱਦੇ ਆ ਜਿਹੜੇ ਕਿ ਆਪਾਂ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸੀ। ਕਿਸਾਨੀ ਮੁੱਦਾ ਆ ਵੀ ਤੁਹਾਡੇ ਕਿਸਾਨਾਂ ਦੇ ਉੱਪਰ ਕਰਜ਼ਿਆਂ ਦੇ ਉੱਪਰ ਲੀਕ ਫੇਰ ਜਾਵਾਂਗੇ, ਉਹ ਭਾਵੇਂ ਕੋਈ ਵੀ ਹੋਵੇ, ਆੜ੍ਹਤੀ ਦਾ ਹੋਵੇ, ਵਪਾਰੀ ਦਾ ਹੋਵੇ, ਬੈਂਕ ਦਾ ਹੋਵੇ, ਸੁਸਾਇਟੀ ਦਾ ਹੋਵੇ, ਉਸ ਮੁੱਦਿਆਂ ਵੱਲ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ। ਜੀ ਫਿਰ ਆਪਾਂ ਨੌਜਵਾਨਾਂ ਵਾਸਤੇ ਕਿਹਾ ਸੀਗਾ ਕਿ ਤੁਹਾਨੂੰ ਸਮਾਰਟਫੋਨ ਦੇ ਦੇਵਾਂਗੇ, ਤੁਹਾਨੂੰ ਘਰ ਘਰ ਨੌਕਰੀ ਦੇ ਫਾਰਮ ਭਰਵਾਏ ਗਏ, ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਬਿਜਲੀ ਦੀ ਜਿਹੜੀ ਗਾਰੰਟੀ ਦੇ ਰਹੀ ਆ, ਤੁਹਾਨੂੰ ਮੁਫ਼ਤ ਬਿਜਲੀ ਦਿੱਤੀ ਜਾਊਗੀ, ਫਾਰਮ ਭਰਾ ਰਹੀ ਘਰ ਘਰ ਜਾ ਕੇ। ਫਾਰਮ ਭਰਾਉਣ ਦਾ ਕੀ ਫਾਇਦਾ ਜਦ ਆਪਾਂ ਜਿਹੜਾ ਕੰਮ ਕਰਨਾ ਹੀ ਆ ਉਹ ਕਰਦੇ ਹੋ, ਕਹਿੰਦੇ ਗੱਲ ਜੀ। ਇਹ ਤਾਂ ਮੈਂ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਆ ਕਿ ਆਪਾਂ ਫਾਰਮ ਪੱਕੇ ਚੀਜ਼ ਦੇ ਭਰਾ ਰਹੇ ਹਾਂ, ਲੋਕੀ ਹੁਣ ਸਾਰੇ ਸਮਝ ਚੁੱਕੇ ਆ ਜਿਹੜੇ ਲੋਕ ਮੁੱਦੇ ਆਪਾਂ ਚੋਣ ਮੈਨੀਫੈਸਟੋ ਦੇ ਵਿੱਚ ਆਪਾਂ ਪੂਰੇ ਨਹੀਂ ਕਰ ਸਕੇ, ਤੇ ਆਪਾਂ ਹੋਰ ਕਿ ਸਰਕਾਰ ਤੋਂ ਕੀ ਆਸ ਰੱਖ ਸਕਦੇ। ਜੀ ਸੋ ਕਸ਼ਮੀਰ ਸਿੰਘ ਵੱਲੇ ਜੀ, ਬੜਾ ਵਾਜਿਬ ਜਿਹਾ ਸਵਾਲ ਹੈ ਕਿ ਜੇ ਤੁਸੀਂ ਤੁਹਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਗਰੰਟੀ ਦਿੰਦੀ ਹੈ ਕਿ ਜਦੋਂ ਤੁਹਾਡੀ ਸਰਕਾਰ ਆ ਗਈ ਤੁਸੀਂ ਲੋਕਾਂ ਨੂੰ ਫ੍ਰੀ ਬਿਜਲੀ ਦੇਵੋਗੇ, ਤਾਂ ਲੋਕਾਂ ਤੋਂ ਫਾਰਮ ਕਿਉਂ ਭਰਾਏ ਜਾ ਰਹੇ ਨੇ? ਫਾਰਮ ਜਿਹੜੀ ਹੈ ਉਹ ਤਾਂ ਪਾਰਟੀ ਤੋਂ ਭਰਾਏ ਜਾਣੇ ਚਾਹੀਦੇ ਨੇ ਕਿ ਹਾਂ ਵੀ ਤੁਸੀਂ ਆਪਣੀ ਗੱਲ 'ਤੇ ਟਿਕੋਗੇ ਕਿ ਨਹੀਂ ਟਿਕੋਗੇ, ਲੋਕਾਂ ਤੋਂ ਕਿਉਂ ਫਾਰਮ ਭਰਾਏ ਜਾ ਰਹੇ ਨੇ? ਐਂਡ ਜਿਹੜਾ ਸਵਾਲ ਜਿਹੜਾ ਵੈਸੇ ਵੀ ਜਿਹੜਾ ਤੁਰ ਰਿਹਾ ਕਿ ਛੋਟੇ ਮਸਲੇ ਨੂੰ ਛੋਟੇ ਹੁੰਦੇ ਕਿਉਂ ਨਹੀਂ ਫੜਿਆ ਜਾਂਦਾ, ਇਹਦੇ ਬਾਰੇ ਕੀ ਕਹਿੰਦੇ ਹੋ? ਦੋ ਸਵਾਲ ਤੁਹਾਡੇ ਸਾਹਮਣੇ। ਪਹਿਲਾ ਸਵਾਲ ਤਾਂ ਇਹ ਜਿਹੜਾ ਤੁਸੀਂ ਮੈਨੂੰ ਪੁੱਛਿਆ ਨਾ, ਪਹਿਲਾਂ ਮੈਂ ਥੋੜਾ ਸਾਰਾ ਬਹੁਤ ਧੰਨਵਾਦ ਕਰਦਾ, ਜਿਹੜੇ ਮੇਰੇ ਦੋਸਤ ਖੰਡ ਬੈਠੇ ਹੈਗੇ ਆ ਜੀ ਜੀ ਮੈਂ ਧੰਨਵਾਦ ਕਰਦਾ ਹਾਂ। ਤੇ ਪਹਿਲੀ ਗੱਲ ਤਾਂ ਇਹ ਹੈਗੀ ਵੀ ਜਿਹੜਾ ਤੁਹਾਡਾ ਅੱਜ ਦਾ ਟੋਪਿਕ ਹੈ ਨਾ ਜੀ, ਇਹ ਇਟ ਇਜ਼ ਓਨਲੀ ਅਗੇਂਸਟ ਦਾ ਰੂਲਿੰਗ ਪਾਰਟੀ, ਚਾਹੇ ਕੋਈ ਵੀ ਰੂਲਿੰਗ ਪਾਰਟੀ ਹੈਗੀ ਆ, ਉਹਨੇ ਮਸਲੇ ਹੱਲ ਕਰਨੇ ਹੁੰਦੇ ਹੈਗੇ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਹੈਗੀ ਆ, ਜਿਹੜੀ ਪਾਰਟੀ ਐਟ ਪਹਿਲੇ ਰੂਲ ਕਰਦੀ ਹੈਗੀ ਆ, ਜਿਹੜਾ ਅੱਜ ਦਾ ਟੋਪਿਕ ਹੈ ਸਰ, ਉਹਨਾਂ ਦੇ ਖਿਲਾਫ ਹੀ ਹੈਗਾ, ਕਿਉਂਕਿ ਜਿਹੜੇ ਵੀ ਲੋਕਾਂ ਦੇ ਮਸਲੇ ਹੈਗੇ ਆ ਉਹ ਵਿਰੋਧੀ ਤੇ ਪਾਰਟੀ ਨੇ ਨਹੀਂ ਪੂਰੇ ਕਰਨੇ ਹੁੰਦੇ, ਉਹ ਕਰਨੇ ਹੁੰਦੇ ਆ ਜਿਹੜੀ ਰੂਲਿੰਗ ਪਾਰਟੀ ਹੈਗੀ ਆ। ਰੂਲਿੰਗ ਪਾਰਟੀ ਆਪਣੇ ਕੌਣ ਹੈਗੀ ਆ? ਉਹ ਤੁਹਾਨੂੰ ਪਤਾ ਕਾਂਗਰਸ ਰੂਲਿੰਗ ਪਾਰਟੀ ਹੈਗੀ ਆ। ਜਿੱਦਾਂ ਨਾ ਪੰਜਾਬੀ ਜਿਹਾ ਇੱਕ ਕਹਾਵਤ ਹੈਗੀ ਆ ਕਿ ਬੱਕਰੀ ਦੇ ਦੁੱਧ ਦੇਣਾ ਪਰ ਦੇਣਾ ਮਿੰਗੜਾ ਪਾ ਕੇ ਆ ਜੀ, ਠੀਕ ਹੈ ਨਾ ਜੀ? ਵੀ ਇਹੀ ਹਾਲ ਹੈਗਾ ਇਸ ਵੇਲੇ ਪੰਜਾਬ ਸਰਕਾਰ ਦਾ ਹਾਲ ਹੈਗਾ ਆ। ਹੁਣ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਇਹਨਾਂ ਨੇ ਵਾਅਦੇ ਕੀਤੇ ਸੀਗੇ, ਸਾਰੇ ਲੋਕਾਂ ਨੂੰ ਪਤਾ ਵਾਰ ਵਾਰ ਉਹ ਵਾਅਦੇ ਦੱਸਣ ਦੀ ਲੋੜ ਹੈ ਨਹੀਂ। ਐਵਰੀਬਡੀ ਨੋਜ਼ ਦਾ ਮੈਨੀਫੈਸਟੋ ਆਫ ਦਾ ਕਾਂਗਰਸ ਜਿਹੜਾ ਇਹਨਾਂ ਨੇ ਪਹਿਲਾਂ ਕੀਤਾ ਸੀਗਾ, ਤੇ ਉਹਦੇ ਮੁਤਾਬਕ ਤਾਂ ਇਹਨੇ ਕੁਛ ਵੀ ਨਹੀਂ ਕੀਤਾ ਹੈਗਾ ਜੇ ਦੇਖਿਆ ਜਾਵੇ ਤਾਂ। ਉਹ ਤਾਂ ਗੱਲ ਹੈਗੀ ਆ, ਇਹਨਾਂ ਚੱਕਾ ਸਾਹਿਬ ਨੇ ਦੱਸਿਆ ਹੈਗਾ ਵੀ ਗੰਨਿਆਂ ਰੇਟ ਇਹਨੀ 360 ਰੁਪਏ ਕਰਤਾ ਹੈਗਾ, ਉਹ ਠੀਕ ਆ, ਉਹ ਬਹੁਤ ਵਧੀਆ ਆ।
ਪਰ ਇਹਦੇ ਨਾਲ ਨਾਲ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਗੰਨੇ ਦਾ 200 ਕਰੋੜ ਰੁਪਏ ਡਿਊ ਹੈਗਾ ਜੀ। ਉਹ ਪਿਛਲੇ ਕਈ ਸਾਲਾਂ ਤੋਂ ਆ ਉਹ ਤੁਸੀਂ ਇਹਨਾਂ ਨੇ ਪੁੱਛਿਓ ਭਾਈ ਉਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ, ਉਹ ਕਿਉਂ ਦੇ ਰਹੇ ਹੈਗੇ ਕਿਸਾਨਾਂ ਦੇ ਧਰਨੇ ਤੇ ਮੁਜ਼ਾਹਰੇ ਵੀ ਕੀਤੇ ਮੁਤਾਲਿਕ ਭਾਈ ਉਹ ਜਿਹੜਾ ਹੈ 200 ਕਰੋੜ ਰੁਪਏ ਗੰਨਾ ਸਾਡਾ ਲਿਆ ਆ, ਕਿਸਾਨਾਂ ਆਪ ਵਿਆਜ ਭਰਦੇ ਹੈ ਕਿਸਾਨ ਤੇ ਇਹ ਇਹ ਵਿਆਜ ਉਹਨਾਂ ਤੋਂ ਉਹਦੇ ਪੈਸੇ ਦੇ ਵਿਆਜ ਜਿਹੜਾ ਖਾਂਦੇ ਹੈਗੇ ਆ। ਸੋ ਜਿੱਥੇ ਤੱਕ ਗੱਲ ਹੈਗੀ ਆ ਬਾਕੀ ਮਸਲਿਆਂ ਦੀ ਵੀ, ਤੁਸੀਂ ਦੇਖ ਲਓ ਵੀ ਇਸ ਵੇਲੇ ਪੰਜਾਬ ਦੇ ਵਿੱਚ ਟੀਚਰ ਜਥੇਬੰਦੀਆਂ ਹੋਈਆਂ, ਆਂਗਨਵਾੜੀ ਵਰਕਰ ਹੋਏ, ਕਿਸਾਨ ਜੁੜੇ ਹੋਈਆਂ, ਰੈਵਨਿਊ ਸਟਾਫ ਹੋਇਆ, ਬੱਚੇ ਪਟਵਾਰੀ ਸਫਾਈ ਕਰਮਚਾਰੀ ਹੋਏ, ਹੋਰ ਬਹੁਤ ਸਾਰੇ ਜਿਹੜੇ ਜਥੇਬੰਦੀਆਂ ਹੈਗੀਆਂ ਸਾਰੀਆਂ ਪ੍ਰੋਟੈਸਟ ਤੇ ਬੈਠੀਆਂ ਹੈਗੀਆਂ ਆ। ਸੋ ਮੇਨ ਇਹਦਾ ਕਾਰਨ ਇਹ ਹੈਗਾ ਕਿ ਜਦੋਂ ਨਾ ਸਰਕਾਰ ਦਾ ਰੈਵਨਿਊ ਸਰਕਾਰ ਦੀ ਬਜਾਏ ਪੋਲੀਟਿਕਸ ਜਿਵੇਂ ਜਾਣ ਲੱਗਦਾ ਉਹ ਸਾਰੀ ਸਮੱਸਿਆ ਹੱਲ ਹੋ ਸਾਰੀ ਸਮੱਸਿਆ ਜਿਹੜੀ ਹੈ ਖੜਦੀ ਹੈਗੀ ਆ, ਕਿਉਂਕਿ ਐਟ ਪ੍ਰੈਜੈਂਟ ਜਿਹੜਾ ਰੈਵਨਿਊ ਘੱਟੋ ਹਾਫ ਆਫ ਜਿਹੜਾ ਰੈਵਨਿਊ ਹੈਗਾ ਨਾ ਜੀ ਮਾਫੀਆ ਰਾਜ ਰਾਹੀਂ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਜਾਂਦਾ ਜਿਹੜੇ ਲੋਕੀ ਅੱਜ ਰਾਜ ਕਰਦੇ ਆ ਜਾਂ ਜਿਹੜੇ ਪਹਿਲਾਂ ਰਾਜ ਕਰ ਚੁੱਕੇ ਹੈਗੇ ਆ। ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਵੀ 75-25 ਰੇਸ਼ੋ ਜਿਹੜੀ ਹੈਗੀ ਆ ਉਹ ਚੱਲਦੀ ਹੈਗੀ ਆ, ਜਿਹੜੀ ਰੂਰਲ ਪਾਰਟੀ ਹੈਗੀ ਆ 75% ਉਹ ਖਾਂਦੀ ਹੈਗੀ ਆ ਮਾਫੀਆ ਚੋਂ, ਜਿਹੜੀ ਜਿਹੜੀ ਦੂਸਰੀ ਪਾਰਟੀ ਹੈਗੀ ਵਿਰੋਧੀ ਪਾਰਟੀ ਹੈਗੀ ਆ 25% ਉਹ ਖਾਂਦੀ ਹੈਗੀ ਆ। ਜਦੋਂ ਉਹ ਪਾਵਰ ਚ ਆ ਜਾਂਦੀ ਹੈਗੀ ਆ ਤਾਂ ਉਹਨਾਂ 75% ਹੋ ਜਾਂਦਾ, ਇਹਨਾਂ 25% ਦਾ ਜਦੋਂ ਤੱਕ ਜਿਹੜਾ ਮਾਫੀਆ ਰਾਜ ਹੈਗਾ ਆ ਇਹ ਖਤਮ ਨਹੀਂ ਹੁੰਦਾ ਹੈਗਾ, ਉਦੋਂ ਤੱਕ ਜਿਹੜਾ ਸਮੱਸਿਆ ਇੱਦਾਂ ਰਹਿਣੀਆਂ ਇੱਦਾਂ ਹੀ ਰਹਿਣੀਆਂ ਹੈਗੀਆਂ ਆ। ਦੂਸਰੀ ਗੱਲ ਇਹ ਹੈਗੀ ਆ ਕਿ ਜੇ ਦੇਖਿਆ ਜਾਵੇ ਤਾਂ ਘੱਟੋ ਘੱਟ 95,000 ਕਰੋੜ ਰੁਪਇਆ ਸਾਲ ਦਾ ਨਾ ਮਾਫੀਆ ਜਿਹੜਾ ਹੈਗਾ ਆ ਮਾਫੀਆ ਰਾਹੀਂ ਨਹੀਂ ਪ੍ਰਾਈਵੇਟ ਲੋਕਾਂ ਦੇ ਤੱਕ ਜਾਂਦਾ ਆ। ਜੇ ਉਹ 95,000 ਕਰੋੜ ਰੁਪਇਆ ਸਰਕਾਰ ਕੋਲ ਜਾਵੇ ਸਾਲ ਦਾ ਤਾਂ ਤੁਸੀਂ ਦੇਖੋ ਕਿੱਥੇ ਕਿਤੇ ਰੈਵਨਿਊ ਇਕੱਠਾ ਹੁੰਦਾ ਹੈਗਾ ਜੀ। ਬਿਲਕੁਲ। ਸੋ ਇਹਨਾਂ ਦਾ ਨੀਤਾ ਵਿੱਚ ਜਿਹੜੇ ਹੈਗਾ ਆ ਉਹ ਖੋਟ ਹੈਗੀ ਆ। ਜੇ ਦੂਜੇ ਪਾਸੇ ਦੇਖੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਤੁਸੀਂ ਦੱਸੋ ਦਿੱਲੀ ਦੇ ਬਾਅਦ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਪ੍ਰੋਟੈਸਟ ਨਹੀਂ ਕੀਤਾ, ਜੇ ਕੋਈ ਕੀਤਾ ਤਾਂ ਬਹੁਤ ਮਾਈਨਰ ਹੋਇਆਗਾ ਤੇ ਅਮਲ ਤਾਂ ਕੋਈ ਕੀਤਾ ਨਹੀਂ ਹੋਣਾ ਹੈਗਾ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਆ ਵੀ ਬਿਜਲੀ ਦੇ ਗਰੰਟੀ ਫਾਰਮ ਭਰਨ ਦੀ, ਕਿਉਂਕਿ ਸਾਡੀ ਜਿਹੜੀ ਹੈਗੀ ਆ ਨੀਤੀ ਆ ਉਹ ਦਿੱਲੀ ਮੈਨੀਫੈਸਟੋ ਹੈਗਾ ਆ। ਦਿੱਲੀ ਮੈਨੀਫੈਸਟੋ ਕੀ ਹੈਗਾ ਆ ਵੀ ਜਿਹੜਾ ਵੀ ਅਸੀਂ ਵਾਅਦਾ ਕਰਾਂਗੇ ਜਾਂ ਜੇ ਦਿੱਲੀ ਸਰਕਾਰ ਜਾਂ ਜੇ ਦਿੱਲੀ ਨੇ ਕੀਤਾ ਵਾਅਦਾ ਦਿੱਲੀ ਸਰਕਾਰ ਕੀਤਾ ਸੀਗਾ ਉਹ ਪੂਰਾ ਹੂਬਹੂ ਜਿਹੜਾ ਹੈਗਾ ਅਸੀਂ ਉਹ ਤੇ ਪੂਰਾ ਕੀਤਾ 100% ਕੀਤਾ ਹੈਗਾ। ਇਸੇ ਤਰ੍ਹਾਂ ਅਸੀਂ ਇੱਥੇ ਗਰੰਟੀ ਦਿੰਦੇ ਹੈਗੇ ਹਾਂ, ਨਾ ਕਿ ਲਾਰੇ ਲਾਉਣੇ ਆ ਕਾਂਗਰਸ ਸਰਕਾਰ ਦੀ ਜਿਹੜਾ ਕੈਪਟਨ ਸਾਹਿਬ ਲਾ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਸਹੁੰ ਖਾਏ ਗੁਰਦਾਸ ਸਹੁੰ ਖਾ ਕੇ ਕਿਹਾ ਸੀਗਾ ਕਿ ਮੈਂ ਸਾਰਾ ਜਿਹੜਾ ਨਸ਼ਾ ਹੈ 4 ਹਫ਼ਤੇ ਬੰਦ ਕਰ ਦਊਂ, ਕਿਸਾਨਾਂ ਸਾਰਾ ਕਰਜ਼ਾ ਮਾਫ਼ ਕਰ ਦਊਂਗਾ। ਅਸੀਂ ਇਸ ਤਰ੍ਹਾਂ ਵਾਅਦੇ ਨਹੀਂ ਕਰਦੇ, ਅਸੀਂ ਗਰੰਟੀ ਦਿੰਦੇ ਹਾਂ ਜੋ ਦਿੱਲੀ ਕੰਮ ਕੀਤਾ ਉਹ ਹੂ ਹੂ ਪੰਜਾਬ 'ਚ ਜਿਹੜੇ ਅਸੀਂ ਮੈਨੀਫੈਸਟੋ ਦੇਵਾਂਗੇ ਪੰਜਾਬ ਨੂੰ ਉਹ ਬਿਲਕੁਲ ਉਹ ਜਿਹੜਾ ਹੈਗਾ ਅਸੀਂ ਪੂਰਾ ਕਰਾਂਗੇ। ਸੋ ਇਸ ਕਰਕੇ ਇਹ ਜਿਹੜਾ ਮਸਲਾ ਹੈਗਾ ਆ ਜਦੋਂ ਤੱਕ ਰੈਵਨਿਊ ਕੋਲ ਜਿਹੜਾ ਹੈਗਾ ਸਾਰਾ ਸਰਕਾਰ ਕੋਲ ਨਹੀਂ ਜਾਂਦਾ ਮਾਫੀਆ ਬੰਦ ਕਰਕੇ ਉਦੋਂ ਤੱਕ ਸਮੱਸਿਆ ਰਹਿਣੀ ਰਹਿਣੀ, ਕਿਉਂਕਿ ਖਜ਼ਾਨਾ ਮੰਤਰੀ ਆ ਕਹਿੰਦੇ ਸਾਡਾ ਖਜ਼ਾਨਾ ਖਾਲੀ ਆ, ਜਿੱਦਣ ਦੀ ਸਰਕਾਰ ਬਣੀ ਉਦਣ ਤੱਕ ਖਜ਼ਾਨਾ ਖਾਲੀ ਹੈਗੀ ਆ। ਫਿਰ ਨੀ ਕਿਸਾਨਾਂ ਕਹਿੰਦੇ 100 ਕਰੋੜ ਰੁਪਏ ਮਾਫ਼ ਕਰਾਂਗੇ, ਉਹ ਨੀ ਮਾਫ਼ ਕੀਤਾ ਹੈਗਾ ਆ। ਹਾਂਜੀ ਹੁਣ ਥੋੜੇ ਜਿਹਾ ਵੀ 100 ਕਰੋੜ ਰੁਪਏ ਸਿਰਫ ਮਾਫ਼ ਕਰਕੇ ਕਹਿ ਤਾ ਖਜ਼ਾਨਾ ਮਾਫ਼ ਕਰਦਾ, ਇਹਨੇ ਗਰੰਟੀ ਦਿੱਤੀ ਸੀ ਅਸੀਂ ਕਿਸਾਨਾਂ ਦਾ ਹਰੇਕ ਤਰ੍ਹਾਂ ਕਰਜ਼ਾ ਮਾਫ਼ ਕਰਾਂਗੇ। ਸੋ ਇਸ ਕਰਕੇ ਜੇ ਸਰਕਾਰ ਬਿਲਕੁਲ ਫੇਲ ਹੋ ਹੈਗੀ ਆ ਦਿੱਲੀ ਤੱਕ ਅਸੀਂ ਪੰਜਾਬ ਵਿੱਚ ਜਿਹੜੀ ਹੈਗੀ ਨਾ ਜੀ ਉਹ ਜਿਹੜਾ ਮੈਨੀਫੈਸਟ ਲਿਆਵਾਂਗੇ ਉਹ ਅਸੀਂ ਇਹ ਦਿੱਲੀ ਤੱਕ ਤੇ ਬਿਲਕੁਲ ਹੂਬਹੂ ਲਾਗੂ ਕਰਾਂਗੇ। ਜੀ ਜੀ ਮਲਿਕ ਸਾਹਿਬ, ਜਿਹੜਾ ਤੁਸੀਂ ਬੜਾ ਵੱਡਾ ਇਲਜ਼ਾਮ ਜਿਹੜਾ ਹੈ ਲਗਾਇਆ ਦੋਨੋਂ ਪਾਰਟੀਆਂ ਦੇ ਉੱਪਰ, ਚਾਹੇ ਕਾਂਗਰਸ ਚਾਹੇ ਅਕਾਲੀ ਦਲ, ਇਹ ਕੀ ਹੈ ਦੋਨੋਂ ਜਿਹੜੇ ਨੇ 75-25 ਦੇ ਰੇਸ਼ੋ ਨਾਲ ਕੰਮ ਕਰ ਰਹੇ ਨੇ ਕਿ ਜਦੋਂ ਇੱਕ ਪਾਵਰ 'ਚ ਆਉਂਦੀ ਹੈ ਤਾਂ 75% ਉਸ ਨੂੰ ਮਿਲਦਾ ਹੈ ਮਾਫੀਆ ਤੋਂ, 25% ਓਪੋਜੀਸ਼ਨ ਨੂੰ ਮਿਲਦਾ। ਸੋ ਇਸਦਾ ਜਵਾਬ ਮੈਂ ਲਵਾਂਗਾ ਕਰਨਜੋਤ ਸਿੰਘ ਹੁਣਾਂ ਤੋਂ, ਐਂਡ ਹੋਰ ਵੀ ਜਿਹੜੇ ਸਵਾਲ ਜਿਹੜੇ ਐਲੀਗੇਸ਼ਨ ਜਿਹੜੇ ਨੇ ਮਲਿਕ ਸਾਹਿਬ ਹੁਣਾਂ ਨੇ ਲਾਏ ਨੇ ਉਹਨਾਂ ਦਾ ਜਵਾਬ ਕੀ ਦਿੰਦੇ ਹੋ ਕਰਨਜੋਤ ਜੀ? ਬਿਲਕੁਲ ਸਰ, ਪਹਿਲਾਂ ਤਾਂ ਇਹ ਹੈ ਕਿ ਫੋਰ ਦਾ ਸੇਕ ਆਫ
ਬਲੇਮਿੰਗ ਸਮਵਨ, ਤੁਸੀਂ ਕਿਸੇ ਨੂੰ ਸਿਰਫ ਬਲੇਮ ਕਰਨ ਦੇ ਸੇਕ ਤੇ ਬਲੇਮ ਕਰਦੇ ਹੋ, ਉਹ ਚੀਜ਼ਾਂ ਠੀਕ ਨਹੀਂ ਹੁੰਦੀਆਂ। ਯੂ ਹੈਵ ਟੂ ਕਮ ਅਪ ਵਿਦ ਫੈਕਟਸ, ਕੋਈ ਆਰਟੀਆਈ ਰਿਪੋਰਟਸ ਹੋਣ ਤੁਹਾਡੇ ਕੋਈ ਡੇਟਾ ਹੋਵੇ, ਕੋਈ ਕੁਛ ਹੋਵੇ। ਸਭ ਤੋਂ ਪਹਿਲਾਂ ਤਾਂ ਮੇਰੇ ਮੱਲੀ ਸਾਹਿਬ ਨੇ ਸਾਡਿਆਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਦਾ ਕੋਈ ਕਰਜ਼ਾ ਮਾਫ਼ ਨਹੀਂ ਹੋਇਆ। ਇਹ ਸਾਰਾ ਪੰਜਾਬ ਗਵਾ ਕਿ ਜਿਹੜੇ ਛੋਟੇ ਕਿਸਾਨ ਸੀਗੇ ਉਹਨਾਂ ਦਾ 2-2.5 ਲੱਖ ਤੋਂ ਜਿਹੜੇ ਕਿਸਾਨਾਂ ਉੱਤੇ ਕਰਜ਼ਾ ਸੀਗਾ, ਉਹਨਾਂ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ। ਮੈਂ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ, ਇਟ ਹੈਜ਼ ਟੂ ਬੀ ਇਨ ਕਨਫਰਮਿਟੀ ਵਿਦ ਦ ਸਟੇਟ ਡੈਫੀਸਿਟ। ਜਦੋਂ 10 ਸਾਲਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਆਈ ਤਾਂ ਪੰਜਾਬ ਉੱਤੇ ਇੰਨਾ ਲੋਨ ਦਾ ਡੈਟ ਸੀਗਾ ਕਿ ਪੰਜਾਬ ਨੂੰ ਡੈਮੇਜ ਕੰਟਰੋਲ ਕਰਨ ਲਈ ਜਿਹੜੀਆਂ ਉਹਦੀਆਂ ਇਕਨੋਮਿਕ ਪਾਲਿਸੀਜ਼ ਸੀਗੀਆਂ, ਜਿਹੜੀਆਂ ਉਹਦੀਆਂ ਸਬਸਿਡਾਈਜੇਸ਼ਨ ਵਾਲੀਆਂ ਪਾਲਿਸੀ ਸੀਗੀਆਂ, ਉਹਨੂੰ ਬੈਲੈਂਸ ਕਰਨ ਲਈ ਪੰਜਾਬ ਨੂੰ ਹੌਲੀ ਹੌਲੀ ਆਪਣੇ ਜਿਹੜੇ ਇਲੈਕਸ਼ਨ ਮੈਨੀਫੈਸਟੋ ਸੀਗੇ ਉਹਨੂੰ ਪੂਰਾ ਕੀਤਾ ਪਿਆ। ਹੁਣ ਚਾਹੇ ਉਹ ਸਮਾਰਟਫੋਨ ਦੇਣ ਦੀ ਗੱਲ ਹੋਵੇ, ਜੇ ਬਿਜਲੀ ਕਹਿੰਦੇ ਆ ਕਿ ਅਸੀਂ 300 ਯੂਨਿਟ ਫ੍ਰੀ ਦਿੰਦੇ ਹਾਂ, ਪਹਿਲੀ ਗੱਲ ਤਾਂ ਹੈ ਕਿ ਜਿਹੜੀ ਪੰਜਾਬ ਦੀ ਕਾਂਗਰਸ ਹੈ ਅਸੀਂ ਫ੍ਰੀ ਬੀਜ ਵਿੱਚ ਬਹੁਤਾ ਬਿਲੀਵ ਨਹੀਂ ਕਰਦੇ। ਅਸੀਂ ਪੰਜਾਬ ਨੂੰ ਇੰਨਾ ਸਕਸ਼ਮ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਫ੍ਰੀ ਬੀਜ ਤੋਂ ਉੱਪਰ ਉੱਠ ਕੇ ਆਪਣੀ ਇਨਕਮ ਜਨਰੇਟ ਕਰੇ। ਸਮਾਰਟਫੋਨਸ ਦੇਣ ਦਾ ਸਾਡਾ ਕੀ ਸੀਗਾ ਫੰਡਾ ਫ੍ਰੀ ਵਿੱਚ, ਕਿ ਜਿਹੜਾ ਸਾਡਾ ਯੂਥ ਆ ਉਹ ਥਰੂ ਸਮਾਰਟਫੋਨ ਐਜੂਕੇਸ਼ਨ ਲੈ ਕੇ ਇੰਨਾ ਕੁ ਇੰਪਾਵਰ ਹੋਵੇ ਤਾਂ ਕਿ ਉਹ ਵਧੀਆ ਐਜੂਕੇਸ਼ਨ ਲੈ ਕੇ ਇੱਕ ਵਧੀਆ ਭਵਿੱਖ ਬਣਾ ਕੇ ਤੇ ਪੰਜਾਬ ਨੂੰ ਡਿਲੀਵਰ ਕਰ ਸਕੇ। ਠੀਕ ਹੈ ਜੀ। ਬਾਕੀ ਜਿਹੜੀ ਮੇਰੇ ਉਸਤਾਦ ਜੀ ਨੇ ਗੱਲ ਕਹੀ ਹੈ ਕਿ 75-25 ਵਾਲੀ ਰੇਸ਼ੋ ਜਿਹੜੀ ਚੱਲ ਰਹੀ ਆ, ਇਹਦਾ ਕੀ ਇਫੈਕਟ ਆ? ਇਹਨਾਂ ਕੋਈ ਆਰਟੀਆਈ ਦਾ ਡੇਟਾ ਜੀ, ਕੋਈ ਇਹਨਾਂ ਕੋਲ ਰਿਪੋਰਟ ਆ? ਸਿੰਪਲੀ ਜੇ ਆਪਾਂ ਕਿਸੇ ਨੂੰ ਬਲੇਮ ਕਰਨ ਦੇ ਉੱਤੇ ਫੋਰ ਦਾ ਸੇਕ ਆਫ ਬਲੇਮਿੰਗ ਸਮਵਨ, ਕਰਨਜੋਤ ਜੀ ਇਹ ਬਿਆਨ ਬੇਸਿਕਲੀ ਤੁਹਾਡੀ ਹੀ ਪਾਰਟੀ ਦੇ ਜਿਹੜੇ ਆਪਾਂ ਕਹਿ ਦਈਏ ਕਿ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਆਇਆ ਵਾ, ਮੱਲੀ ਸਾਹਿਬ ਨਹੀਂ ਦੇ ਰਹੇ ਆਪਣੇ ਵੱਲੋਂ, ਇਹ ਨਵਜੋਤ ਸਿੰਘ ਸਿੱਧੂ ਹੋਣਾ ਦਾ ਹੀ ਬਿਆਨ ਹੈ। ਸੋ ਸਵਾਲ ਤੁਸੀਂ ਦੱਸੋ। ਦੇਖੋ ਇਹ ਜਿਹੜਾ ਬਿਆਨ ਤੁਸੀਂ ਸਿੱਧੂ ਸਾਹਿਬ ਦਾ ਕਹਿੰਦੇ ਆ, ਇਹਨੂੰ ਤੁਸੀਂ ਤਰੋੜ ਮਰੋੜ ਕੇ ਪੇਸ਼ ਕਰ ਰਹੇ ਆ, ਇਹ ਸਾਡੀ ਪਾਰਟੀ ਵਿੱਚ ਜੋ ਇੰਟਰਨਲ ਡੈਮੋਕ੍ਰੇਸੀ ਆ, ਅਸੀਂ ਉਹਨੂੰ ਜੋ ਹੈਗਾ ਉਹਦੇ ਬੇਸਿਸ ਤੇ ਅਸੀਂ ਆਪਸ ਚ ਸੁਲਝਾ ਕੇ ਜੋ ਵੀ ਡਿਲੀਵਰ ਕਰਦੀ ਆ ਸਰਕਾਰ ਕਰਦੀ ਆ। ਜਿਹੜੀ 75% ਦੂਜਿਆਂ ਨਾਲ ਰਲੇ, ਕਿਸੇ ਨਾਲ ਰਲੇ, ਕੁਛ ਏਦਾਂ ਦਾ ਸਿੱਧੂ ਸਾਹਿਬ ਨੇ ਕੁਛ ਨਹੀਂ ਕਿਹਾ ਸੀਗਾ। ਇਹ ਬਿਆਨ ਨੂੰ ਤੁਸੀਂ ਡੈਫੀਨੇਟਲੀ ਜੇ ਮੱਲੀ ਸਾਹਿਬ ਪੇਸ਼ ਕਰ ਰਹੇ ਆ, ਇਹਨੂੰ ਘੁਮਾ ਫਿਰਾ ਕੇ ਕਿਸੇ ਹੋਰ ਐਂਗਲ ਨੂੰ ਵਿੱਚ ਲਿਆ ਕੇ ਤੇ ਇਹਨੂੰ ਪ੍ਰੈਜੈਂਟ ਕਰ ਰਹੇ ਆ। ਦੇਖੋ ਜੋ ਸਿੱਧੂ ਸਾਹਿਬ ਸਾਡੇ ਪ੍ਰਧਾਨ ਆ, ਕੈਪਟਨ ਸਾਹਿਬ ਸਾਡੇ ਸੀਐਮ ਆ, ਜੇ ਕੋਈ ਇਹਨਾਂ ਦੇ ਵਿੱਚ ਜੋ ਜਿਹੜੀ ਉਹਨੇ ਵਾਰਡਿੰਗ ਸੀ ਬਠਿੰਡੇ ਜੋ ਬਠਿੰਡੇ ਰੈਲੀ ਨੂੰ ਕਿਹਾ ਸੀ, ਉਹ ਦੱਸੋ ਵਾਰਡਿੰਗ ਕੀ ਸੀਗੀ? ਦੇਖੋ ਜੋ ਵੀ ਵਰਡਿੰਗ ਸੀਗੀ ਏਦਾਂ ਨਹੀਂ ਸੀਗੇ ਕਿ ਦੂਜੀ ਪਾਰਟੀ ਨਾਲ ਜਾਂ ਤੀਜੀ ਪਾਰਟੀ ਨਾਲ, ਜੇ ਏਦਾਂ ਕਿਹਾ ਸੀ ਦੱਸ ਦਿਓ ਕੀ ਕੀ ਉਹਨਾਂ ਨੇ ਵੀ ਮੱਲੀ ਸਾਹਿਬ ਉਹਨਾਂ ਨੇ ਵੀ ਈਵਨ ਮੱਲੀ ਸਾਹਿਬ ਈਵਨ ਮੱਲੀ ਸਾਹਿਬ ਈਵਨ ਸਿੱਧੂ ਸਾਹਿਬ ਨੇ ਵੀ ਉਸ ਦੀ ਗੱਲ ਸੀ, ਉਹਨਾਂ ਨੇ ਵੀ ਗੱਲ ਤੁਸੀਂ ਆਪਣੇ ਸਾਹਮਣੇ ਕਹਿਣਾ ਚਾਹ ਰਹੇ ਆ ਉਦਾਂ ਉਦਾਂ ਨਹੀਂ ਸੀ ਜੋ ਉਹਨਾਂ ਨੇ ਵੀ ਗੱਲ ਉਹਨਾਂ ਨੇ ਵੀ ਗੱਲ ਘੁਮਾ ਕੇ ਹੀ ਪੇਸ਼ ਕੀਤੀ ਸੀਗੀ, ਲੋਕਾਂ ਨੂੰ ਵੀ ਉਹਨਾਂ ਨੇ ਕਨਫਿਊਜ਼ ਹੀ ਕੀਤਾ ਸੀਗਾ। ਸੋ ਇਸ ਗੱਲ ਦਾ ਜਿਹੜਾ ਜਵਾਬ ਹੈ ਹੁਣ ਅਸੀਂ ਅਕਾਲੀ ਦਲ ਦੇ ਜਿਹੜੇ ਸਾਡੇ ਨਾਲ ਜਿਹੜੇ ਜੁੜਨੇ ਰਣਜੀਤ ਸਿੰਘ ਉਹਨਾਂ ਤੋਂ ਲਵਾਂਗੇ, ਪਰ ਉਸ ਤੋਂ ਪਹਿਲਾਂ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਜਵਾਬ ਲਵਾਂਗੇ ਅਸੀਂ ਰਣਜੀਤ ਸਿੰਘ ਖੋਜੇਵਾਲ ਜੀ ਹੋਣਾ ਤੋਂ। ਲਓ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਜਿਹੜਾ ਵੱਡਾ ਸਵਾਲ ਜਿਹੜਾ ਮੱਲੀ ਸਾਹਿਬ ਨੇ ਪੁੱਛਿਆ ਈ ਐਂਡ ਈਵਨ ਨੇ ਸਿੱਧੂ ਸਾਹਿਬ ਦੀ ਵੀ ਟਿੱਪਣੀ ਇਹੀ ਹੈ ਕਿ 75-25 ਦੀ ਰੇਸ਼ੋ ਚੱਲ ਰਹੀ ਹੈ ਪੰਜਾਬ ਦੇ ਵਿੱਚ, ਸੋ ਉਹਦੇ ਬਾਰੇ ਜਵਾਬ ਜਿਹੜੇ ਨੇ ਕਰਨਜੋਤ ਹੁਣੀ ਦੇ ਚੁੱਕੇ ਨੇ। ਸੋ ਰਣਜੀਤ ਸਿੰਘ ਜੀ ਤੁਸੀਂ ਕੀ ਜਵਾਬ ਦਿੰਦੇ ਹੋ ਕਿ 75-25 ਦੀ ਜਿਹੜੀ ਰੇਸ਼ੋ ਦੀ ਜਿਹੜੀ ਗੱਲਬਾਤ ਸਿੱਧੂ ਸਾਹਿਬ ਹੁਣਾਂ ਨੇ ਕੀਤੀ ਸੀਗੀ ਉਹਦੇ ਬਾਰੇ ਤੁਹਾਡਾ ਕੀ ਜਵਾਬ ਹੈ? ਮੈਂ ਕਿਹਾ ਜੀ ਪਹਿਲੀ ਗੱਲ ਤਾਂ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਆ ਉਹ ਬਿਲਕੁਲ ਫੇਲ ਹੋਇਆ ਹੋਇਆ ਬੰਦਾ ਪੰਜਾਬ ਦੇ ਵਿੱਚ ਆਪਣਾ ਪ੍ਰਧਾਨ ਬਣ ਕੇ ਆਇਆ, ਉਹਨੂੰ ਆਪ ਖੁਦ ਨੀ ਪਤਾ ਉਹ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ, ਕਿਹਦੇ ਬਾਰੇ ਬੋਲ ਰਿਹਾ, ਆਪਣੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿਹਦੇ ਖਿਲਾਫ ਬੋਲ ਰਿਹਾ। ਗੱਲ ਸੀ ਕਿ ਸਰਕਾਰ ਦੀ ਨੀਅਤ ਹੋਵੇ ਕੰਮ ਕਰਨ ਦੀ, ਤੇ ਕੋਈ ਵੀ ਕੰਮ ਸਰਕਾਰ ਵਾਸਤੇ ਔਖਾ ਨਹੀਂ ਹੈ। ਸਰਦਾਰ ਸੁਖਬੀਰ
ਔਰ ਲੋਕਾਂ ਨੇ ਆਪਣੇ ਜਨਰੇਟਰ ਇਨਵਰਟਰ ਚਲਾ ਚੁਕਵਾ ਦਿੱਤੇ ਸੀਗੇ ਔਰ ਗਰੀਬ ਪਰਿਵਾਰਾਂ ਨੂੰ ਬਿਜਲੀ ਜਿਹੜੀ ਫ੍ਰੀ ਮਿਲ ਰਹੀ ਸੀਗੀ, ਆਟਾ ਦਾਲ ਸਕੀਮ ਮਿਲ ਰਹੀ ਸੀਗੀ, ਉਹ ਸਾਰੀਆਂ ਸਕੀਮਾਂ ਬੰਦ ਕਰਕੇ ਤੁਸੀਂ ਲੋਕਾਂ ਦੇ ਕੋਲੋਂ ਰੋਸ ਮੁਜ਼ਾਹਰੇ ਰੋਜ਼ ਕਰਵਾ ਕੇ, ਔਰ ਜਿਹੜਾ ਹੁਣ ਤੁਸੀਂ 4.5 ਸਾਲ ਬਾਅਦ ਤੁਸੀਂ 1500 ਰੁਪਇਆ ਬੁਢਾਪਾ ਪੈਨਸ਼ਨ ਦਿੱਤੀ ਆ, ਇਹ ਕਿੱਥੇ ਦੀ ਗੱਲ ਹੈ? 4.5 ਸਾਲ ਲੋਕਾਂ ਨੂੰ ਜਿਹੜਾ ਧੋਖਾ ਕੀਤਾ ਤੁਸੀਂ ਜੀ, ਕਾਂਗਰਸ ਸਰਕਾਰ ਨੇ 4.5 ਸਾਲ ਕੋਈ ਵਾਅਦਾ ਨਹੀਂ ਪਗਾਇਆ, ਹੁਣ ਆ ਕੇ 1500 ਰੁਪਇਆ ਬੁਢਾਪਾ ਪੈਨਸ਼ਨ ਦੇਤੀ, ਉਹਦਾ ਕੀ ਮਾਇਨੇ ਆ ਜੀ? ਹੁਣ 4 ਮਹੀਨੇ ਰਹਿ ਗਏ ਉਹ। ਕਰਨਜੋਤ, ਇਸ ਤੋਂ ਇਲਾਵਾ ਖੁਜਵਾ ਸਾਹਿਬ ਨੇ ਇੱਕ ਹੋਰ ਸਵਾਲ ਪੁੱਛਿਆ ਕਿ ਕਾਂਗਰਸ ਸਰਕਾਰ ਜਿਹੜੀ ਹੈ ਉਹ ਆਪਣੇ ਅਖੀਰਲੇ 6 ਮਹੀਨਿਆਂ ਦੇ ਵਿੱਚ ਜਿਹੜੇ ਆਪਣੇ ਵਾਅਦੇ ਨੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਕਿ ਬੁਢਾਪਾ ਪੈਨਸ਼ਨ ਦੀ ਗੱਲ ਜਿਹੜੀ ਕਹੀ ਗਈ ਸੀਗੀ ਕੈਪਟਨ ਸਾਹਿਬ ਵੱਲੋਂ, ਹੁਣ ਰਹਿੰਦੇ 6 ਮਹੀਨਿਆਂ ਵਿੱਚ ਪੂਰੀ ਕੀਤੀ ਜਾ ਰਹੀ ਹੈ, ਅਤੇ ਉਹੀ ਹਿਸਾਬ ਹੋਗਾ ਕਿ ਪੂਰਾ ਸਾਲ ਸਿਲੇਬਸ ਕਵਰ ਨਾ ਕੀਤਾ ਅਤੇ ਅਖੀਰਲੇ 1-2 ਮਹੀਨਿਆਂ ਵਿੱਚ ਪੜ੍ਹਾਈ ਦਾ ਜ਼ੋਰ ਪੂਰਾ ਲੱਗ ਰਿਹਾ, ਅਤੇ ਉਹ 2 ਮਹੀਨਿਆਂ 'ਚ ਕੀ ਰਿਜ਼ਲਟ ਆਉਣਾ ਉਹ ਤਾਂ ਫਿਰ ਜੱਗ ਜ਼ਾਹਰ ਹੈ। ਇਸ ਬਾਰੇ ਪੂਰੀ ਜਿਹੜੀ ਗੱਲਬਾਤ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਜਿਹੜੀ ਬੁਢਾਪਾ ਪੈਨਸ਼ਨ ਦੀ ਗੱਲ ਮੇਰੇ ਮਿੱਤਰ ਕਾਬਿਲ ਮਿੱਤਰ ਕਰ ਰਹੇ ਨੇ, ਉਹ ਕੋਈ 6 ਮਹੀਨੇ ਵਾਲੀ ਗੱਲ ਨੀ। 6 ਮਹੀਨੇ ਜੇ ਹੁਣ ਲੱਗ ਰਹੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ 6 ਮਹੀਨੇ ਤੋਂ ਹੀ ਸ਼ੁਰੂ ਹੋਈਆਂ ਲੱਗਣੀਆਂ ਜੀ। ਰਾਈਟ ਫਰੋਮ ਦਾ ਗਵਰਨਮੈਂਟ ਕੇਮ ਇਟ ਦੇ ਬਾਹਰ, ਉਹ ਬੁਢਾਪਾ ਪੈਨਸ਼ਨ 'ਚ ਵਾਧਾ ਵੀ ਹੋਇਆ ਤੇ ਉਹ ਲੱਗ ਵੀ ਰਹੀਆਂ ਨੇ। ਹੁਣ ਜੇ 6 ਮਹੀਨੇ ਦੀ ਇਹਨਾਂ ਦੀ ਨਿਗਾਹ ਇਹ ਪਈ ਆ ਕਿ 6 ਮਹੀਨੇ ਤੋਂ ਇਹਨਾਂ ਨੇ ਸ਼ੁਰੂ ਕੀਤੀਆਂ ਨੇ ਬੁਢਾਪਾ ਪੈਨਸ਼ਨ, ਪਹਿਲਾਂ ਹੁੰਦੀਆਂ ਹੀ ਨਹੀਂ ਸੀ, ਤਾਂ ਇਹ ਗੱਲ 'ਚ ਬਿਲਕੁਲ ਵੀ ਇਹਨਾਂ ਦੀ ਗੱਲ 'ਚ ਵਜ਼ਨ ਨਹੀਂ ਹੈ। ਬੁਢਾਪਾ ਪੈਨਸ਼ਨ ਸਰਕਾਰ ਆਉਣ ਤੋਂ ਬਾਅਦ ਹੀ ਸ਼ੁਰੂ ਹੋਈਆਂ, ਵਧੀਆਂ ਵੀ ਲੱਗ ਵੀ ਰਹੀਆਂ, ਚੱਲ ਵੀ ਰਹੀਆਂ। ਕਰਨਜੋਤ ਜੀ, ਮੱਲੀ ਸਾਹਿਬ ਪੁੱਛ ਰਹੇ ਨੇ ਕਿ ਜਿਹੜੇ 4.5 ਸਾਲ ਜਿਹੜਾ ਮਤਲਬ ਜਿਹੜਾ 4.5 ਸਾਲ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਉਹ ਲੇਟ ਭੁਗ ਰਿਹਾ ਜੇ, ਤਾਂ ਕੀ 4.5 ਸਾਲਾਂ ਦੀ ਵੀ ਪੂਰੀ ਕੀਤੀ ਜਾਏਗੀ ਜਿਹੜੀ ਸਕੀਮ ਜਿਹੜੀ ਹੈ? ਦੇਖੋ, ਜਿਹੜੀ ਬੁਢਾਪਾ ਪੈਨਸ਼ਨ ਜਿੱਦਾਂ ਜਿੱਦਾਂ ਲੱਗੀ ਆ ਉਹ ਪੂਰੀ ਹੋ ਰਹੀ ਆ, ਜਿਹੜੇ ਜਿਹੜੇ ਲੋਕ ਇੰਪਲੀਮੈਂਟੇਸ਼ਨ ਚ ਆ ਰਿਹਾ ਵਾ, ਜਿਹਨਾਂ ਦਾ ਇੰਪਲੀਮੈਂਟੇਸ਼ਨ ਚ ਆ ਰਿਹਾ ਉਹਨਾਂ ਦੀ ਲੱਗ ਰਹੀ ਆ, ਜਿਹਨਾਂ ਦਾ ਜਿੱਦਾਂ ਇਹ ਕਹਿ ਰਹੇ ਕਿ ਹਲੇ 6 ਮਹੀਨੇ ਸਾਡੀ ਸਰਕਾਰ ਨੂੰ ਹੈਗੇ ਆ, ਉਹ 6 ਮਹੀਨੇ 'ਚ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋਰ ਰਹੀਆਂ ਉਹਨੂੰ ਪਰਸਿਊ ਵੀ ਕਰ ਰਹੇ ਹਾਂ, ਉਹਨੂੰ ਲਾਗੂ ਵੀ ਕਰ ਰਹੇ ਹਾਂ, ਤੇ ਸਰਕਾਰ ਬਕਾਇਦਾ ਉੱਤੇ ਕੰਮ ਵੀ ਕਰ ਰਹੀ। ਮੇਰਾ ਸਵਾਲ ਹੋਰ ਹੈਗਾ ਜੀ, ਮੇਰਾ ਸਵਾਲ ਇਹ ਹੈਗਾ ਆ ਕਿ ਤੁਸੀਂ ਮੈਨੀਫੈਸਟੋ ਵਿੱਚ ਇਹ ਲਿਖਿਆ ਸੀਗਾ ਕਿ ਅਸੀਂ ਜੋ 6 ਮਹੀਨੇ ਰਹਿਣਗੇ ਉਦੋਂ ਜਿਹੜਾ ਬੁਢਾਪਾ ਪੈਨਸ਼ਨ ਜਾ ਕੇ ਮੈਨੂੰ ਇਹ ਲਿਖਿਆ ਸੀਗਾ ਜੋ ਸਰਕਾਰ ਸਾਡੀ ਬਣੂ ਉਦੋਂ ਸ਼ੁਰੂ ਕਰੂਗੇ। ਦੇਖੋ ਜੀ, ਇੰਪਲੀਮੈਂਟੇਸ਼ਨ ਆਫ ਪਾਲਿਸੀਜ਼ ਨਹੀਂ, ਨੋ ਨੋ ਨੋ, ਦਿਸ ਇਜ਼ ਨਾਟ ਮਾਈ ਕੁਐਸਚਨ। ਮਾਈ ਕੁਐਸਚਨ, ਵਾਟ ਵਾਸ ਯੋਰ ਮੈਨੀਫੈਸਟੋ? ਗਵਰਨਮੈਂਟ ਦੀਆਂ ਪਾਲਿਸੀਜ਼ ਫਰੇਮ ਹੋਣ ਨੂੰ ਟਾਈਮ ਹੁੰਦਾ, ਤੇ ਜੇ ਉਹ ਫੁਲਫਿਲ ਨਾ ਹੋਣ, ਪੂਰੀਆਂ ਨਾ ਹੋਣ, ਤਾਂ ਮੱਲੀ ਸਾਹਿਬ ਸਾਨੂੰ ਕੁਐਸਚਨ ਕਰ ਸਕਦੇ। ਹੁਣ ਸਾਡੀਆਂ ਜਿਹੜੀਆਂ ਆਲਰੇਡੀ ਪਾਈਪਲਾਈਨ ਚ ਉਹ ਸਾਡੇ ਕੋਲ ਜਿੰਨਾ ਚਿਰ ਟਾਈਮ ਹੈਗਾ ਡਿਲੀਵਰ ਕਰਨ ਦਾ, ਵੀ ਵਿਲ ਡਿਲੀਵਰ ਇਟ। ਜੇ ਸਾਡੀਆਂ ਚੀਜ਼ਾਂ ਪਾਈਪਲਾਈਨ ਚ ਨਾ ਹੋਣ, ਜਿਹੜੀਆਂ ਅਸੀਂ ਮੈਨੀਫੈਸਟੋਸ ਕੀਤੇ ਆ ਉਹਨੂੰ ਅਸੀਂ ਇੰਪਲੀਮੈਂਟੇਸ਼ਨ ਚ ਨਾ ਲਿਆਈਏ, ਤਾਂ ਤੁਸੀਂ ਸਾਨੂੰ ਇਹ ਕੁਐਸਚਨ ਕਰ ਸਕਦੇ ਆ। ਦੋਸ ਥਿੰਗਸ, ਜਿਹੜੀ ਪੈਨਸ਼ਨ ਆ, ਵਾਧੇ ਦੀ ਪੈਨਸ਼ਨ ਵਾਲੀ ਗੱਲ ਆ, ਸਮ ਉਹ ਚੀਜ਼ਾਂ ਕਈ ਹੋ ਗਈਆਂ, ਕਈ ਪਾਈਪਲਾਈਨ ਚ ਵੀ ਆ, ਸਾਨੂੰ ਜਿੰਨਾ ਚਿਰ ਟਾਈਮ ਹੈ ਉਹਦੇ ਵਿੱਚ ਅਸੀਂ ਉਹਨੂੰ ਕੰਪਲੀਟ ਕਰ ਦਾਂਗੇ ਜੀ।
ਮਲਿਕ ਸਾਹਿਬ, ਹੁਣ ਥੋੜ੍ਹਾ ਜਿਹਾ ਅਸੀਂ ਥੋੜ੍ਹਾ ਦਿੱਲੀ ਵੱਲ ਮੂਵ ਕਰ ਲਈਏ ਕਿਉਂਕਿ ਆਮ ਆਦਮੀ ਪਾਰਟੀ ਉੱਥੇ ਹੀ ਹੈ, ਸੋ ਉੱਥੋਂ ਦੇ ਸਵਾਲ ਵੀ ਸਾਨੂੰ ਲੈ ਲੈਣੇ ਚਾਹੀਦੇ ਨੇ ਕਿ ਲੋਕ ਜਿਹੜੇ ਨੇ ਉਹ ਜਿਹਨਾਂ ਨੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ 'ਤੇ ਉਹ ਕਿੰਨਾ ਕੁ ਸਫ਼ਰ ਕਰ ਰਹੇ ਨੇ। ਤੁਸੀਂ ਦਿੱਲੀ ਮਾਡਲ ਦੀ ਗੱਲ ਕਰਦੇ ਹੋ, ਦਿੱਲੀ ਮੈਨੀਫੈਸਟੋ ਦੀ ਗੱਲ ਕਰਦੇ ਹੋ, ਪਰ ਤੁਸੀਂ ਸਾਫ਼ ਪਾਣੀ ਦੀ ਗੱਲ ਕੀਤੀ ਸੀ ਕਿ ਜੋ ਕਿ ਦਿੱਲੀ ਦੇ ਹਜੇ ਵੀ ਕਾਫ਼ੀ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਸਾਫ਼ ਪਾਣੀ ਹੈ ਜਿਹੜਾ ਨਹੀਂ ਪਹੁੰਚਿਆ। ਇਸ ਤੋਂ ਇਲਾਵਾ ਇੱਕ ਹੋਰ ਆਪਾਂ ਗੱਲ ਲਾਸਟ ਡਿਬੇਟ 'ਚ ਵੀ ਆਪਾਂ ਕੀਤੀ ਸੀਗੀ ਕਿ ਇੱਕ ਸਰਵਿਸ ਪਰਸਨ ਜਿਹੜੇ ਕੋਵਿਡ ਦੇ ਦੌਰਾਨ ਜਿਹਨਾਂ ਦੀ ਮੌਤ ਹੋ ਜਾਂਦੀ ਹੈ, ਸਰਕਾਰ ਉਸ ਨੂੰ ਇਨਾਮ ਐਲਾਨ ਕਰਦੀ ਹੈ, ਪਰ ਉਸਦੇ ਪਰਿਵਾਰ ਨੂੰ ਹਾਲੇ ਤੱਕ ਇਨਾਮ ਨਹੀਂ ਮਿਲਦਾ, ਜਿਸ ਕਰਕੇ ਉਸਨੂੰ ਹਾਈ ਕੋਰਟ ਜਾਣਾ ਪੈਂਦਾ। ਸੋ ਕਹਿਣ ਦਾ ਮਤਲਬ ਕਿ ਇੱਕ ਸ਼ਹੀਦ ਪਰਿਵਾਰ ਨੂੰ ਹਾਈ ਕੋਰਟ ਤੱਕ ਜਾਣਾ ਪੈਂਦਾ ਕਿ ਬਈ ਸਾਡੀ ਸੁਣਵਾਈ ਕਰ ਦਿਉ, ਸਾਨੂੰ ਜੋ ਸਰਕਾਰਾਂ ਨੇ ਵਾਅਦੇ ਕੀਤੇ ਨੇ ਉਹ ਪੂਰੇ ਕਰ ਦਿਉ। ਸਿਮਿਲਰਲੀ ਜਿਹੜੇ ਲੋਕ ਪਾਣੀ, ਸਾਫ਼ ਪਾਣੀ ਨੂੰ ਤਰਸ ਰਹੇ ਨੇ ਦਿੱਲੀ ਦੇ ਵਿੱਚ, ਉਹ ਵੀ ਇੱਕ ਤਰ੍ਹਾਂ ਦਾ ਮੁਜ਼ਾਹਰਾ ਹੀ ਹੈ, ਇੱਕ ਤਰ੍ਹਾਂ ਦਾ ਜਿਹੜਾ ਕੈਮਰੇ 'ਤੇ ਆ ਕੇ ਲੋਕ ਜਿਹੜੇ ਬੋਲਦੇ ਨੇ ਮੁਜ਼ਾਹਰੇ ਦਾ ਹਿੱਸਾ ਹੀ ਹੈ। ਸੋ ਉੱਥੇ ਵੀ ਹੱਲ ਨਹੀਂ ਹੋ ਰਿਹਾ, ਉੱਥੋਂ ਦੀ ਗੱਲਾਂ ਵੀ ਕਰ ਲਈਏ ਆਪਾਂ ਕਿ ਤੁਸੀਂ ਪੰਜਾਬ 'ਚ ਦਾਅਵੇਦਾਰੀ ਕਰ ਰਹੇ ਹੋ, ਉਹਦਾ ਜਵਾਬ ਕੀ ਦਿੰਦੇ ਹੋ ਮਲੀ ਸਾਹਿਬ? ਪਹਿਲਾਂ ਤੁਸੀਂ ਇਹ ਐਡਮਿਟ ਕਰੋ ਕਿ ਦਿੱਲੀ ਦੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ 99% ਨਹੀਂ 100% ਪੂਰੇ ਕੀਤੇ, ਇਹਨਾਂ ਦੋ ਗੱਲਾਂ ਛੱਡ ਗਏ, ਉਹ ਤੁਸੀਂ ਮੰਨੋ ਪਹਿਲਾਂ ਇਹ ਗੱਲ ਮੰਨਦੇ ਸੀ ਇਸ ਗੱਲ ਨੂੰ। ਦੇਖੋ ਸਰ, ਮਨੀ ਸਾਹਿਬ ਐ ਉਸਦਾ ਹਿੱਸਾ ਹੀ ਹੈ, 100% ਦਾ ਹਿੱਸਾ ਹੀ ਹੈ। ਤੁਸੀਂ ਇਸ ਗੱਲ ਮੰਨਦੇ ਕਿ ਵਾਅਦੇ ਪੂਰੇ ਕੀਤੇ ਨੇ, ਜਿਹੜੇ ਵਾਅਦੇ ਕੀਤੇ ਸੀਗੇ ਪੂਰੇ ਕੀਤੇ ਗਏ ਆ। ਰਾਈਟ ਟੂ ਕਲੀਨ ਵਾਟਰ, ਰਾਈਟ ਟੂ ਕਲੀਨ ਐਂਡ ਡਰਿੰਕਿੰਗ ਵਾਟਰ ਇਜ਼ ਅ ਬੇਸਿਕ ਫੰਡਾਮੈਂਟਲ ਰਾਈਟ, ਐਂਡ ਜੇ ਦਿੱਲੀ ਦੇ ਲੋਕਾਂ ਨੂੰ ਬੇਸਿਕ ਫੰਡਾਮੈਂਟਲ ਰਾਈਟ ਹੀ ਨਹੀਂ ਮਿਲ ਰਹੇ, ਤਾਂ ਮੈਂ ਨਹੀਂ ਮੰਨਦਾ ਕਿ ਉਹ ਸਟੇਟ ਇੱਕ ਵੈਲਫੇਅਰ ਸਟੇਟ ਆ ਲੋਕਾਂ ਲਈ, ਕੋਈ ਗੁੱਡ ਗਵਰਨੈਂਸ ਦਾ ਮਾਡਲ ਪ੍ਰੈਜੈਂਟ ਕਰ ਰਹੀ ਆ। ਜਦ ਤੱਕ ਆਪਾਂ ਪੀਣ ਵਾਲਾ ਪਾਣੀ ਹੀ ਨਹੀਂ ਘਰ ਘਰ ਪਹੁੰਚਾ ਸਕਦੇ, ਜਦ ਤੱਕ ਆਪਾਂ ਵਾਟਰ ਸੀਵਰੇਜ ਡਰੇਨੇਜ ਸਿਸਟਮ ਹੀ ਨਹੀਂ ਠੀਕ ਕਰ ਸਕਦੇ, ਤੇ ਆਪਾਂ ਉਸ ਸਟੇਟ ਨੂੰ ਜਿਹੜੀ ਬੇਸਿਕ ਫੰਡਾਮੈਂਟਲ ਰਾਈਟਸ ਪ੍ਰੋਵਾਈਡ ਕਰਨ ਤੋਂ ਫੇਲਿਅਰ ਆ, ਜੇ ਤਾਂ ਆਪਾਂ ਉਸ ਸਟੇਟ ਨੂੰ ਗੁੱਡ ਗਵਰਨੈਂਸ ਮਾਡਲ ਕਦੀ ਨਹੀਂ ਕਹਿ ਸਕਦੇ। ਬਿਲਕੁਲ, ਇੱਧਰ ਕੋਈ ਗੱਲ ਮਤੇ, ਉੱਥੇ ਸਾਫ਼ ਪਾਣੀ ਨਹੀਂ ਮਿਲਦਾ, 20,000 ਲੀਟਰ ਪਾਣੀ ਨਹੀਂ ਮਿਲਦਾ ਹੈਗਾ, ਸਾਫ਼ ਪਾਣੀ ਮਿਲਦਾ ਹੈਗਾ, ਸੀਵਰੇਜ ਬਿਲਕੁਲ, ਜਿੱਥੇ ਅੱਜ ਕੱਲ੍ਹ ਅੱਜ ਤੱਕ ਪਾਣੀ ਨਹੀਂ ਸੀਗਾ, ਜਿੰਨਾ ਕੁਲੀਆਂ ਵਿੱਚ ਕੱਢੋ 400-500 ਕੁਲੀ ਇੱਦਾਂ ਦੀ ਆ, ਉੱਥੇ ਪਾਈਪ ਲਾਈਨ ਵਿਛਾ ਕੇ ਉੱਥੇ ਪਾਣੀ ਪਹੁੰਚਾਇਆ ਹੈਗਾ, ਉੱਥੇ ਸਟਰੀਟ ਸਾਰੀਆਂ ਪੱਕੀਆਂ ਕੀਤੀਆਂ ਹੈਗੀਆਂ, ਕੋਈ ਇੱਦਾਂ ਦੀ ਐਗਜ਼ਾਮਪਲ ਨਹੀਂ ਹੈਗੀ। ਕੋਈ ਹੋਊਗਾ ਲੱਖ ਜਾਂ ਅੱਧਾ ਘਰ ਹੋਊਗਾ ਜਿੱਥੇ ਤੁਸੀਂ ਕਹਿੰਦੇ ਨਹੀਂ ਗਿਆ, ਅਦਰਵਾਈਜ਼ ਤਾਂ ਦਿੱਲੀ ਵਾਲੇ ਲੋਕ ਹੀ ਪੂਰੇ ਸੈਟਿਸਫਾਈਡ ਹੈਗੇ ਆ। ਦਿੱਲੀ ਵਾਲਿਆਂ ਲੋਕਾਂ ਨੇ ਕੋਈ ਅੱਜ ਤੱਕ ਮੁਜ਼ਾਹਰਾ ਨਹੀਂ ਕੀਤਾ ਇਹਦੇ ਮੁਤਾਲਕ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਪਹੁੰਚ ਰਿਹਾ ਜਾਂ ਸਾਨੂੰ ਪਾਣੀ ਸਾਫ਼ ਨਹੀਂ ਮਿਲ ਰਿਹਾ ਹੈਗਾ। ਦਿੱਲੀ ਦੇ ਵਿੱਚ ਹਰੇਕ ਤਰ੍ਹਾਂ ਦਾ ਜਿਹੜਾ ਹੈਗਾ ਫੈਸਿਲਿਟੀ ਦਿੱਤੀ ਜਾਂਦੀ ਹੈਗੀ ਆ, ਇਹ ਪੰਜਾਬ ਸਰਕਾਰ ਨਹੀਂ ਹੈਗੀ ਤੇ ਝੂਠੇ ਰਾਜ ਲਾ ਕੇ ਵਾਅਦੇ ਝੂਠੇ ਕਰਕੇ ਤਾਂ ਲੋਕਾਂ ਗੁਬਰਾਹ ਕਰਦਾ। ਦਿੱਲੀ ਚ ਪੀਣ ਸਰਕਾਰ ਹੈਗਾ ਪੂਰਾ ਪੂਰਾ ਜਿਹੜਾ ਜਿਹੜਾ ਮੈਨੀਫੈਸਟੋ ਪੀਣ ਵਾਲਾ ਪੂਰਾ 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 ਕੀਤਾ ਹੈਗਾ ਆ। ਸਵਾਲ ਆ ਜੀ, ਜਦੋਂ ਪਾਣੀ ਦੀ ਵਿੱਚ ਆਂਦਾ, ਰਣਜੀਤ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ? ਚਾਹੇ ਹੁੰਦੀ ਆ ਪਾਣੀ ਦੀ ਲੜਾਈ ਲਈ ਜਿਵੇਂ ਕੋਈ ਵਾਰ ਚੱਲਦੀ ਹੋਵੇ, ਖੋਜੀਵਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਪ੍ਰੋਕਿਓਰ ਕਰਨਾ ਹੀ ਇੱਕ ਬੜਾ ਚੈਲੰਜ। ਖੋਜੀਵਾਲ ਸਾਹਿਬ ਕੁਝ ਕੰਟਰੀਬਿਊਟ ਕਰਨਾ ਚਾਹੁੰਦੇ? ਮੱਲੀ ਸਾਹਿਬ, ਅਸੀਂ ਬੜੀ ਸਕਾਰਾਤਮਕ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਸਵਾਲ ਜੇ ਲੈ ਰਹੇ ਹਾਂ ਤਾਂ ਜਵਾਬ ਵੀ ਆਪਾਂ ਨੂੰ ਦੇਣੇ ਆ, ਹੈ ਨਾ? ਅਤੇ ਹੁਣ ਖੋਜੀਵਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਖੋਜੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਮੈਂ ਮੱਲੀ ਸਾਹਿਬ ਨੂੰ ਪੁੱਛਿਆ, ਸਰਦਾਰ ਸਾਹਿਬ, ਵੀ ਜਿਹੜੇ ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ, ਕੋਵਿਡ ਦੇ ਦੌਰਾਨ ਦਿੱਲੀ ਦੇ ਲੋਕ ਜਲੰਧਰ ਲੁਧਿਆਣਾ ਕਿ ਕਿਉਂ ਐਡਮਿਟ ਹੁੰਦੇ ਰਹੇ ਪੰਜਾਬ ਦੇ ਵਿੱਚ ਆ ਕੇ, ਉੱਥੇ ਇੰਨਾ ਕੋਈ ਇਲਾਜ ਦਾ ਪ੍ਰਬੰਧ ਨਹੀਂ ਇਹਨਾਂ ਕੋਲ ਹੋਇਆ? ਹਾਂਜੀ, ਫਿਰ ਆਪਾਂ ਕਹਿੰਦੇ ਵੀ 100% ਅਸੀਂ ਉੱਥੇ ਵਾਅਦੇ ਪੂਰੇ ਕੀਤੇ ਆ, ਮੀਂਹ ਪੈਂਦਾ ਤੁਹਾਡੀ ਸਾਰੀ ਪੋਲ ਖੁੱਲ ਜਾਂਦੀ ਹੈ, ਬੱਸਾਂ ਵਿੱਚ ਡੁੱਬ ਜਾਂਦੀਆਂ ਮੀਂਹ ਦੇ ਵਿੱਚ, ਖੁੱਲੀਆਂ ਥੱਲੇ ਪਾਣੀ ਦੇ ਵਿੱਚ, ਪੀਣ ਵਾਲਾ ਲੋਕਾਂ ਨੂੰ ਪੂਰਾ ਪੂਰਨ ਤੌਰ ਦੇ ਉੱਪਰ ਨਹੀਂ ਮਿਲ ਸਕਿਆ, ਤੇ ਆਪਾਂ ਕਿਹੜੀ ਕਿਹੜੇ ਮੂੰਹ ਨਾਲ ਕਹਿ ਰਹੇ ਹਾਂ ਕਿ ਆਪਾਂ 100% ਦੇ ਵਾਅਦੇ ਅਸੀਂ ਉੱਥੇ ਦਿੱਲੀ ਪੂਰੇ ਕਰਤੇ ਆ ਜੀ? ਜਵਾਬ ਜਾਓ ਜੀ। ਸਮੁੰਦਰ ਵਿੱਚ ਤੂਫਾਨ ਆਉਂਦਾ ਨਾ, ਆਲੇ ਦੁਆਲੇ ਸਭ ਕੁਝ ਹੁਣ ਚ ਲੈ ਆਇਆ, ਇਹ ਗੱਲ ਠੀਕ ਹੈ ਨਾ? ਦਿੱਲੀ ਵਿੱਚ ਉਦੋਂ ਆਇਆ ਸੀ
ਕੋਵਿਡ ਦਾ ਆਇਆ ਸੀ ਤੂਫਾਨ ਉਦੋਂ, ਜਿਹੜੇ ਹੌਸਪੀਟਲ ਸਾਰੇ ਓਵਰਫਲੋ ਹੋਏ ਸੀ ਪੇਸ਼ੈਂਟਾਂ ਨਾਲ, ਉਸ ਕਰਕੇ ਪੰਜਾਬ 'ਚ ਪੇਸ਼ੈਂਟ ਆਏ ਸੀਗੇ ਔਰ ਤੁਹਾਡੀ ਸਰਕਾਰ ਨੇ ਕੋਈ ਇਲਾਜ ਕੀਤਾ ਨਹੀਂ, ਉਹ ਤਾਂ ਪ੍ਰਾਈਵੇਟ ਹੌਸਪੀਟਲ ਕੀਤਾ ਇਲਾਜ, ਉਹ ਲੁੱਟ ਬਜਾਇ ਕੀਤਾ ਆ। ਦੂਜੀ ਗੱਲ ਇਹ, ਉਸ ਤੋਂ ਬਾਅਦ ਹੁਣ ਦੱਸ ਦਿਓ ਕਿੰਨੇ ਕੁ ਉਹਦੇ ਦਿਨੋਂ ਪੇਸ਼ੈਂਟ ਨੇ ਪੰਜਾਬ ਦੇ ਵਿੱਚ, ਦੱਸੋ ਮੈਨੂੰ ਕਿੰਨੇ ਆ ਰਹੇ ਹੁਣ ਪੇਸ਼ੈਂਟ ਪੰਜਾਬ ਨੇ ਇੱਕ ਗੁੱਡ ਗਵਰਨੈਂਸ ਮਾਡਲ ਪੇਸ਼ ਕੀਤਾ, ਹਰ ਘਰ ਘਰ ਵਿੱਚ ਟੈਸਟ ਕਰਵਾਏ ਤੇ ਕੋਵਿਡ ਪੇਸ਼ੈਂਟਸ ਦਾ ਬਕਾਇਦਾ ਖਿਆਲ ਰੱਖਿਆ ਗਿਆ। ਜੇਕਰ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਮੈਨੂੰ ਉਹ ਯਾਦ ਹੈ ਕਿ ਸ਼ਮਸ਼ਾਨ ਘਾਟਾਂ ਦੇ ਬਾਹਰ 1-1 ਕਿਲੋਮੀਟਰ ਦੀ ਲਾਈਨ ਡੈੱਡ ਬਾਡੀਜ਼ ਦੀ ਪਈ ਦੇਖਦੀ ਸੀ ਕਿ ਕਦੋਂ ਸਾਡਾ ਨੰਬਰ ਆਊਗਾ ਤੇ ਅਸੀਂ ਆਪਣੇ ਘਰਦਿਆਂ ਦਾ ਅੰਤਿਮ ਸੰਸਕਾਰ ਕਰਾਂਗੇ। ਹੌਸਪੀਟਲ ਵਿੱਚ ਆਕਸੀਜਨ ਦੀ ਕਮੀ ਪੰਜਾਬ 'ਚ ਕਦੇ ਵੀ ਨਹੀਂ ਆਈ ਸੀ। ਮੁੱਦੇ ਤੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੁੱਦਾ ਸਾਡਾ ਜਿਹੜਾ ਹੈ ਕਿ ਲੋਕ ਜਿਹੜੇ ਨੇ ਮੁਜ਼ਾਹਰੇ ਕਰਦੇ ਨੇ ਆਪਣੇ ਹੱਕਾਂ ਲਈ, ਲੜਦੇ ਨੇ। ਸੋ ਸਿਮਿਲਰਲੀ ਫਿਰ ਘੁੰਮ ਕੇ ਅਸੀਂ ਫਿਰ ਇਹ ਕਾਂਗਰਸ ਸਰਕਾਰ ਵੱਲ ਆਉਂਦੇ ਹਾਂ। ਤੁਸੀਂ ਹੁਣ ਇਹ ਕੋਵਿਡ ਦੀ ਗੱਲ ਕਰ ਰਹੇ ਹਾਂ, ਐਂਡ ਕੋਵਿਡ ਦੇ ਸਮੇਂ ਵੀ ਸਾਨੂੰ ਬੜਾ ਅਨਫੋਰਚੁਨੇਟਲੀ ਕਾਫੀ ਦੇਖਣਾ ਪਿਆ ਕਿ ਮੈਡੀਕਲ ਕਾਲਜਸ ਦੇ ਵਿੱਚ ਡਾਕਟਰ ਹੜਤਾਲਾਂ 'ਤੇ ਸੀਗੇ, ਜਿਹੜੇ ਉਸ ਤੋਂ ਬਾਅਦ ਜਿਹੜੇ ਸਵੀਪਰ ਹੁੰਦੇ ਨੇ ਉਹ ਹੜਤਾਲਾਂ 'ਤੇ ਸੀਗੇ। ਇਸ ਤੋਂ ਇਲਾਵਾ ਹਾਲੇ ਵੀ ਆਂਗਨਵਾੜੀ ਵਰਕਰ ਜਿਹੜੇ ਨੇ ਉਹ ਵੀ ਹੜਤਾਲਾਂ 'ਤੇ ਨੇ, ਮੁਜ਼ਾਹਰੇ ਕਰ ਰਹੇ ਨੇ, ਠੇਕੇ ਮੁਲਾਜ਼ਮ ਜਿਹੜੇ ਨੇ ਉਹ ਜਿਹੜੇ ਮੁਜ਼ਾਹਰੇ ਕਰ ਰਹੇ ਨੇ। ਸੋ ਸਰਕਾਰ ਜਿਹੜੀ ਹੈ ਨਵੀਂ ਨੌਕਰੀਆਂ ਕੱਢ ਰਹੀ ਹੈ ਕਿ ਬਈ ਹਾਂ ਜੀ ਤੁਸੀਂ ਨਵੀਆਂ ਨੌਕਰੀਆਂ ਭਰੋ, ਯੇ ਕਰੋ, ਹਰ ਚੀਜ਼ ਕਰ ਰਹੀ ਹੈ, ਪਰ ਜਿਹੜੇ ਆਲਰੇਡੀ ਉਹਨਾਂ ਨੇ ਜਿਹੜੇ ਭਰੇ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਜਾਂ ਫਿਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾ ਰਿਹਾ। ਸੋ ਉੱਥੇ ਕਰਨਜੋਤ ਜੀ ਤੁਹਾਡਾ ਕੀ ਕਹਿਣਾ, ਤੁਹਾਡੀ ਪਾਰਟੀ ਕੀ ਸਟੈਂਡ ਲੈਂਦੀ ਹੈ? ਦੇਖੋ, ਜਿੱਥੇ ਤੱਕ ਤਾਂ ਸਰ ਤੁਸੀਂ ਕੋਵਿਡ ਦੀ ਗੱਲ ਕੀਤੀ ਆ, ਉੱਥੇ ਤੱਕ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਜਦੋਂ ਕੋਵਿਡ ਹੋਇਆ ਸੀ ਤਾਂ ਪੰਜਾਬ ਦਾ ਕੋਈ ਵੀ ਸਰਕਾਰੀ ਨੁਮਾਇੰਦਾ ਹੋਵੇ, ਕੋਈ ਵੀ ਸਰਕਾਰੀ ਮੁਲਾਜ਼ਮ ਹੋਵੇ, ਕੋਈ ਚਾਹੇ ਕੱਚਾ ਹੋਵੇ, ਕੋਈ ਚਾਹੇ ਪੱਕਾ ਹੋਵੇ, ਕੋਈ ਠੇਕੇ 'ਤੇ ਹੋਵੇ, ਕਿਸੇ ਵੀ ਬੰਦੇ ਨੇ, ਕਿਸੇ ਵੀ ਪੰਜਾਬੀ ਨੇ ਉਸ ਵੇਲੇ ਪਿੱਠ ਨਹੀਂ ਦਿਖਾਈ ਸੀ। ਜਿੰਨੇ ਫਰੰਟਲਾਈਨ ਵਰਕਰ ਸੀ, ਉਹ ਚਾਹੇ ਆਂਗਨਵਾੜੀ ਵਰਕਰ ਹੋਣ, ਉਹ ਚਾਹੇ ਡਾਕਟਰਸ ਹੋਣ, ਉਹ ਚਾਹੇ ਮੈਡੀਕਲ ਸਟਾਫ ਹੋਵੇ, ਹਰ ਬੰਦੇ ਨੇ ਆਪਣੀ ਸੈਂਸ ਆਫ ਰਿਸਪੋਂਸੀਬਿਲਟੀ, ਆਪਣੀ ਜ਼ਿੰਮੇਵਾਰੀ ਸਮਝੀ ਅਤੇ ਪੰਜਾਬ ਦੇ ਲੋਕਾਂ ਨੂੰ ਠੀਕ ਕਰਨ ਲਈ, ਜਿਹੜੇ ਕੋਵਿਡ ਇਨਫੈਕਟਿਡ ਸੀਗੇ ਜਾਂ ਪੇਸ਼ੈਂਟ ਸੀਗੇ, ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਸਿਰ ਚੜ ਕੇ ਨਿਭਾਈ। ਤੇ ਪਹਿਲਾਂ ਤਾਂ ਪੰਜਾਬ ਦੇ ਲੋਕ, ਪੰਜਾਬ ਦੀ ਸਰਕਾਰ ਦਾ ਆਪਸ 'ਚ ਤਾਲਮੇਲ ਹੋਣਾ ਹੀ ਬਹੁਤ ਵੱਡੀ ਗੱਲ ਹੈ, ਜਿਹਦੇ ਕਰਕੇ ਅਸੀਂ ਕੋਵਿਡ ਵਰਗੀ ਇੱਕ ਖਤਰਨਾਕ ਸਿਚੁਏਸ਼ਨ ਨੂੰ ਸਕਸੈਸਫੁਲੀ ਨਜਿੱਠਿਆ। ਦੂਜੀ ਗੱਲ ਰਹੀ ਹੈ ਪੱਕੇ ਕਰਨ ਦੀ, ਜੀ ਉਹ ਸਰਕਾਰ ਟਾਈਮ ਟੂ ਟਾਈਮ ਨਿਯੁਕਤੀਆਂ ਕੱਢਦੀ ਹੈ, ਉਹ ਚਾਹੇ ਆਂਗਨਵਾੜੀ ਵਰਕਰ ਹੋਣ, ਚਾਹੇ ਕੁਛ ਹੋਏ। ਹਾਂ, ਕਈ ਵਾਰੀ ਰੋਸ ਹੁੰਦਾ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਬਿਲਕੁਲ ਠੀਕ ਕਰ ਰਹੇ ਹਾਂ ਜਾਂ ਵਰਕ ਕਰ ਰਹੇ ਹਾਂ, ਕਿਤੇ ਕਿਤੇ ਕੋਈ ਗੈਪ ਫਿਲਿੰਗ ਰਹਿ ਜਾਂਦੀ ਆ, ਪਰ ਮੈਂ ਵਿਸ਼ਵਾਸ ਦਿਵਾਉਂਦਾ ਜਿੱਥੇ ਸਰਕਾਰ ਇੰਨਾ ਕੁਛ ਕਰ ਰਹੀ ਆ, ਸਰਕਾਰ ਉਹਨਾਂ ਨੂੰ ਪੱਕੇ ਕਰਨ ਬਾਰੇ ਵੀ ਸੋਚ ਰਹੀ ਆ, ਤੇ ਹੋ ਸਕਦਾ ਕਿ ਸਾਡੀ ਟੈਨਿਓਰ ਦੇ ਵਿੱਚ ਅਸੀਂ ਉਹਨਾਂ ਨੂੰ ਪੱਕੇ ਵੀ ਕਰਾਂਗੇ ਜੀ। ਅਗਲਾ ਸਵਾਲ ਮੈਂ ਰਣਜੀਤ ਸਿੰਘ ਹੁਣਾਂ ਤੋਂ ਪੁੱਛਣਾ ਚਾਹਾਂਗਾ ਕਿ ਰਣਜੀਤ ਸਿੰਘ ਜੀ, ਤੁਹਾਡੀ ਪਾਰਟੀ ਦੇ ਜਿਹੜੇ ਸੀ ਐਮ ਦੇ ਜਿਹੜੇ ਦਾਅਵੇਦਾਰ ਨੇ ਸੁਖਬੀਰ ਸਿੰਘ ਬਾਦਲ ਹੋਣੀ, ਉਸ ਟਾਈਮ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਨੇ, 100 ਦਿਨ ਦਾ ਉਹਨਾਂ ਦਾ ਦੌਰਾ ਕਰਨਾ, ਐਂਡ ਗੱਲ ਚੱਲ ਰਹੀ ਹੈ ਪੰਜਾਬ ਦੀ, ਕਹਿੰਦੇ ਨੇ ਕਿ ਗੱਲ ਪੰਜਾਬ ਦੀ, ਪਰ ਹਰ ਦਿਨ ਹਰ ਨਵੀਂ ਥਾਂ ਦੇ ਉੱਤੇ ਉਹਨਾਂ ਦਾ ਜੰਮ ਕੇ ਵਿਰੋਧ ਹੋ ਰਿਹਾ। ਇੱਕ ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਉਹ ਜਦੋਂ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਦੇ ਨਾਲ ਬਿਲਕੁਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ, ਹਾਲਾਂਕਿ ਅਲੱਗ ਅਲੱਗ ਲੋਕਾਂ ਨੇ ਇਸ ਨੂੰ ਅਲੱਗ ਤਰੀਕੇ ਨਾਲ ਲਿਆ, ਬਟ ਚਲੋ ਇੱਕ ਚੰਗੀ ਗੱਲ ਵੀ ਹੈ ਕਿ ਲੋਕਾਂ ਦੇ ਵਿੱਚ ਵਿਚ ਰਹੇ ਨੇ, ਲੋਕਾਂ ਦੇ ਸਵਾਲਾਂ ਨੂੰ ਡਾਇਰੈਕਟਲੀ ਉਹਨਾਂ ਨੇ ਬਾਏ ਫੇਸ ਕੀਤਾ, ਬਟ ਸੇਮ ਟਾਈਮ 'ਤੇ ਵਿਰੋਧ ਲਗਾਤਾਰ ਜਾਰੀ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀਗੀ ਉਦੋਂ ਵੀ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਨਾ ਉਹ ਮੁਕੰਮਲ ਨਹੀਂ ਹੋਏ, ਜਿਹੜੇ 10 ਲੱਖ ਦੀ ਨੌਕਰੀਆਂ ਜਿਹੜੀਆਂ ਪਹਿਲਾਂ ਕਹੀਆਂ ਗਈਆਂ ਸੀਗੀਆਂ ਉਹ ਨਹੀਂ ਹੋਈਆਂ, ਹੁਣ ਨਵਾਂ ਫਿਰ ਜਿਹੜੀ ਸ਼ੁਰਲੀ ਛੱਡੀ ਗਈ ਹੈ ਕਿ ਨਵੀਆਂ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸੋ ਰਲਿਆ ਮਿਲਿਆ ਰਿਸਪੋਂਸ ਮਿਲ ਰਿਹਾ, ਅਤੇ ਉਹਦੇ ਬਾਰੇ ਕੀ ਕਹਿੰਦੇ ਹੋ, ਕਿਉਂਕਿ ਲੋਕਾਂ 'ਚ ਗੁੱਸਾ ਸਾਫ਼ ਦਿਖ ਰਿਹਾ। ਦੇਖੋ ਜੀ, ਅੱਜ ਸਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਆਫਿਸ ਵਿੱਚ,
ਜਿਹੜੇ ਜਿਹੜੇ ਕਿਸਾਨੀ ਅੰਦੋਲਨ ਦੇ ਭੇਸ ਦੇ ਵਿੱਚ ਵਿਰੋਧ ਕਰ ਰਹੇ ਆ ਸਰ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਜਾਂ ਸੁਰਜੀਤ ਸਿੰਘ ਬਾਦਲ ਸਾਹਿਬ ਦਾ, ਉਹਨਾਂ ਦੀਆਂ ਵਿਦ ਫੋਟੋ ਵਿਦ ਨੇਮ ਅੱਜ ਜਨਤਕ ਕਰਦੇ ਆ ਪ੍ਰੈਸ ਕਾਨਫਰੰਸ ਕਰਕੇ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਿਹੜੇ ਵਰਕਰ ਆ ਉਹੀ ਉਹੀ ਆ ਕੇ ਜਿਹੜਾ ਮੁਰੇ ਉਹ ਵਿਰੋਧ ਕਰਦੇ ਆ ਤਾਂ ਕਿ ਜਿਹੜਾ ਹੈਗਾ ਉਹ ਇਹਨੂੰ ਖਰਾਬ ਕੀਤਾ ਜਾਵੇ ਉਹਨਾਂ ਦੀ ਰੈਲੀ ਨੂੰ। ਜੀ ਕਾਫੀ ਵੱਡਾ ਐਲੀਗੇਸ਼ਨ ਹੈ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵੀ ਵਿਰੋਧ ਕੀਤਾ ਜਾ ਰਿਹਾ ਉਹ ਅਸਲ ਕਿਸਾਨ ਨਹੀਂ ਨੇ, ਉਹ ਜਾਂ ਤਾਂ ਕਾਂਗਰਸੀ ਵਰਕਰ ਨੇ ਤੇ ਜਾਂ ਤਾਂ ਆਮ ਆਦਮੀ ਪਾਰਟੀ। ਮੋਹਿਤ ਜੀ ਉਹਨਾਂ ਦੀਆਂ ਵਿਦ ਫੋਟੋ ਵਿਦ ਨੇਮ ਪਿੰਡ ਦਾ ਐਡਰੈਸ ਸਾਰਾ ਕੁਝ ਜਨਤਕ ਕਰਤਾ ਦਿੱਲੀ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਕੇ। ਚਲੋ ਇਸ ਗੱਲ ਦਾ ਜਵਾਬ ਜਿਹੜਾ ਮੈਂ ਦੋਨੋਂ ਪਾਰਟੀਆਂ ਦੇ ਜਿਹੜੇ ਸਾਡੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਉਹਨਾਂ ਕੋਲ ਲਵਾਂਗਾ ਕਿ ਜਿਹੜਾ ਐਡਾ ਵੱਡਾ ਐਲੀਗੇਸ਼ਨਸ ਕਹਿ ਰਹੇ ਹੋ ਐਂਡ ਈਵਨ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਫੋਟੋ ਵੀ ਜਨਤਕ ਕੀਤੀਆਂ ਨੇ, ਇਹਦਾ ਜਵਾਬ ਮੈਂ ਲਵਾਂਗਾ ਫਿਲਹਾਲ ਵੇਲੋ ਅੱਜ ਕੱਲ੍ਹ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਬ੍ਰੇਕ ਤੋਂ ਪਹਿਲਾਂ ਜੋ ਖੁਜਵਾ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਉਹ ਅਸਲ ਕਿਸਾਨ ਨਹੀਂ ਹੈ, ਬੇਸਿਕਲੀ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਰਕਰ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕਰਨਜੋਤ ਹੁਣਾਂ ਤੋਂ ਹੀ ਪੁੱਛਦਾ, ਕਰਨਜੋਤ ਜੀ ਤੁਹਾਡਾ ਇਸ ਪੂਰੀ ਗੱਲ ਬਾਰੇ, ਇਸ ਪੂਰੇ ਐਲੀਗੇਸ਼ਨ ਜਾਂ ਜੋ ਉਹਨਾਂ ਨੇ ਪ੍ਰੂਫ ਹੀ ਕਰਨ ਦੀ ਗੱਲ ਕਰ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਬਿਆਨ ਹੈ? ਦੇਖੋ ਇਸ ਤੋਂ ਵੱਡੀ ਤਾਂ ਬੇਬੁਨਿਆਦ ਗੱਲ ਮੈਂ ਅੱਜ ਤੱਕ ਕਦੀ ਸੁਣੀ ਨਹੀਂ। ਅਕਾਲੀ ਦਲ ਦੀ ਇਹ ਸ਼ੁਰੂ ਤੋਂ ਹੀ ਇਹ ਰਹੀ ਹੈ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਪੰਜਾਬ ਤੇ ਰਾਜ ਕੀਤਾ ਤੇ ਪੰਜਾਬ ਦਾ ਐਡਾ ਨੁਕਸਾਨ ਕਰਤਾ ਕਿ ਪੰਜਾਬ ਹਲੇ ਤੱਕ ਫੋਟੋ ਵਿਦ ਨੇਮ ਕੰਟਰੋਲ ਕਰ ਕੋਈ ਝੂਠ ਨਹੀਂ ਬੋਲਿਆ ਵਿਦ ਫੋਟੋ ਵਿਦ ਨੇਮ। ਖੋਜੇਵਾਲ ਜੀ ਤੁਹਾਨੂੰ ਜਵਾਬ, ਖੋਜੇਵਾਲ ਜੀ ਤੁਹਾਨੂੰ ਜਵਾਬ ਦੇਣ ਦਾ ਥੋੜਾ ਆਪਾਂ ਦਿਨੇ ਸਮਾਂ ਕਰਨ ਜੋ ਪਹਿਲਾਂ ਆਪਣਾ ਪੁਆਇੰਟ ਰੱਖ ਲੈਣ। ਮੇਰੇ ਖੋਜੇਵਾਲ ਸਾਹਿਬ ਮੌਕਾ ਦਿਓ, ਮੈਂ ਤੁਹਾਡਾ ਟਾਈਮ ਤੁਸੀਂ ਜਦੋਂ ਲਿਆ ਮੈਨੂੰ ਪਲੀਜ਼ ਰਿਪਲਾਈ ਕਰਨ ਦਾ ਮੌਕਾ। ਦੇਖੋ ਜਦੋਂ ਇਹ ਫਾਰਮ ਬਿੱਲ ਡਰਾਫਟ ਹੋ ਰਹੇ ਸੀਗੇ, ਜਦੋਂ ਇਹ ਫਾਰਮ ਬਿੱਲ ਡਰਾਫਟ ਹੋ ਰਹੇ ਸੀ ਤਾਂ ਉਸ ਵੇਲੇ ਮੈਡਮ ਹਰਸਿਮਰਤ ਕੌਰ ਬਾਦਲ ਜੀ ਕੈਬਨਿਟ ਮਿਨਿਸਟਰ ਸੀਗੇ ਜੀ, ਤੇ ਉਸ ਵੇਲੇ ਇਹਨਾਂ ਵੱਲੋਂ ਉਹ ਫਾਰਮ ਬਿੱਲ ਨੂੰ ਰਿਵਰਟ ਬੈਕ ਰੋਲ ਬੈਕ ਕਰਵਾਉਣ ਦਾ ਕੋਈ ਮੌਕਾ ਇਹਨਾਂ ਨੇ ਕੋਈ ਏਦਾਂ ਦਾ ਓਪਰਚੁਨਿਟੀ ਸੀਗੀ ਇਹਨਾਂ ਕੋਲ ਕਿ ਉੱਥੇ ਆਪਣਾ ਪੱਖ ਰੱਖ ਸਕਣ, ਉਹਦੇ ਖਿਲਾਫ਼ ਬੋਲ ਸਕਣ, ਪਰ ਉੱਥੇ ਇਹਨਾਂ ਦੀ ਨੁਮਾਇੰਦਗੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਕੁਛ ਨਹੀਂ ਕੀਤਾ। ਫਿਰ ਇਹ ਫਾਰਮ ਡੋਜ਼ ਡਿਊਰਿੰਗ ਲੋਕਡਾਊਨ ਥਰੂ ਬੈਕਡੋਰ ਪਾਰਲੀਮੈਂਟ 'ਚ ਪੇਸ਼ ਹੋਏ, ਪਾਸ ਹੋਏ, ਸਾਰੇ ਦੇਸ਼ ਨੂੰ ਪਤਾ ਇਹ ਕਿਸ ਧੱਕੇ ਨਾਲ ਕਿੱਦਾਂ ਇਹਨਾਂ ਨੇ ਪਾਸ ਕੀਤਾ। ਬਾਅਦ ਵਿੱਚ ਇਹਨਾਂ ਨੂੰ ਜਦ ਲੱਗਿਆ ਕਿ ਪੰਜਾਬ ਸਟੇਟ ਵਿੱਚ ਇਹਨਾਂ ਦੀ ਮੁਖਾਲਫਤ ਹੋਣ ਲੱਗ ਪਈ ਆ ਤਾਂ ਇਹਨਾਂ ਨੇ ਕੀ ਕੀਤਾ, ਇੱਕ ਡਰਾਮਾ ਰਚਿਆ ਜਿਹਦੇ ਨਾਲ ਬੀਜੇਪੀ ਨਾਲ ਅਲਾਇੰਸ ਤੋੜਿਆ। ਹੁਣ ਉਹੀ ਕਿਸਾਨਾਂ ਨੂੰ ਰੋਸ ਆ ਕਿ ਉਸ ਵੇਲੇ ਤੁਸੀਂ ਇਹ ਕਿਸਾਨ ਬਿੱਲ ਰੋਕ ਸਕਦੇ ਸੀ, ਤੁਸੀਂ ਕਿਉਂ ਨਹੀਂ ਰੋਕੇ? ਤਾਂ ਇਹਨਾਂ ਨੂੰ ਉਹ ਲੋਕੀ ਕਾਂਗਰਸੀ ਲੱਗਣ ਲੱਗ ਪਏ, ਇਹਨਾਂ ਨੂੰ ਉਹ ਲੋਕੀ ਆਮ ਆਦਮੀ ਪਾਰਟੀ ਦੇ ਲੱਗਣ ਲੱਗ ਪਏ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਉਸ ਵੇਲੇ ਜੇ ਆਪਣੀ ਸਹੀ ਭੂਮਿਕਾ ਨਿਭਾ ਲੈਂਦੇ ਤਾਂ ਸ਼ਾਇਦ ਅੱਜ ਜੋ ਹਾਲ ਕਿਸਾਨਾਂ ਦਾ ਹੋ ਰਿਹਾ, ਅੱਜ ਜੋ ਧਰਨਿਆਂ ਤੇ ਬੈਠੇ ਮੇਰੇ ਕਿਸਾਨ ਭਰਾਵਾਂ ਦਾ ਜੋ ਹਾਲ ਹੋ ਰਿਹਾ, ਜੇ ਚਾਹੁੰਦੇ ਤਾਂ ਸ਼ਾਇਦ ਉਹ ਨਾ ਹੋ ਪਾਤਾ। ਮਲੀ ਸਾਹਿਬ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਖੋਜਵਾ ਸਾਹਿਬ ਉਹਨਾਂ ਦੇ ਐਲੀਗੇਸ਼ਨ ਜਿਹੜਾ ਲਗਾ ਰਹੇ ਨੇ? ਜੀ ਮੈਂ ਇਹ ਜਵਾਬ ਦੇਣਾ ਚਾਹਾਂਗਾ। ਪਹਿਲੀ ਗੱਲ ਤਾਂ ਇਹ ਜਿਹੜੇ ਅਕਾਲੀ ਹੈਗੇ ਨਾ ਜੀ, ਇਹ ਹਜੇ ਵੀ ਬੀਜੇਪੀ ਦੇ ਨਾਲ ਅਟੈਚ ਹੈਗੇ ਆ। ਉਹ ਤਾਂ ਮੈਂ ਤੁਹਾਨੂੰ ਦਸ ਰਹੀ ਹਾਂ, ਦੱਸ ਦਿੰਦਾ ਜਿਹੜੇ ਵੱਡੇ ਬਾਦਲ ਸਾਹਿਬ ਹੈਗੇ ਆ, ਉਹਨਾਂ ਦਾ ਅੱਜ ਤੱਕ ਅਕਾਲ ਖੇਤੀ ਕਾਨੂੰਨਾਂ ਦੇ ਖਿਲਾਫ਼ ਕੋਈ ਬਿਆਨ ਨਹੀਂ ਆਇਆ। ਖੇਤੀਆਂ ਖੇਤੀ ਕਾਨੂੰਨ ਦੇ ਫੇਵਰ 'ਚ ਬਿਆਨ ਆਇਆ, ਉਸ ਤੋਂ ਬਾਅਦ ਕੋਈ ਬਿਆਨ ਨਹੀਂ ਆਇਆ ਹੈਗਾ, ਉਹ ਸਾਇਲੈਂਟ ਬੈਠਿਆ ਗਿਆ। ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਇਹਨੇ ਰਿਜ਼ਾਇਨ ਦਿੱਤਾ ਨਾ, ਇਹ ਅੰਡਰ ਪ੍ਰੈਸ਼ਰ ਦਿੱਤਾ ਆ ਕਿਸਾਨਾਂ ਨੇ, ਜਦੋਂ ਨਾ ਇਹਨਾਂ ਦਾ ਨੱਕ ਦਮ ਕਰ ਦਿੱਤਾ ਅਕਾਲੀ ਦਲ ਦਾ, ਉਹਨਾਂ ਨੇ ਮਜ਼ਬੂਰੀ ਰਿਜ਼ਾਇਨ ਦੇਣਾ ਪਿਆ ਆ ਕਿਸਾਨ ਤੇ। ਦੂਜੀ ਗੱਲ ਇਹ ਹੈਗੀ ਆ, ਰਿਜ਼ਾਇਨ ਦੇ ਤੋਂ ਪਹਿਲਾਂ ਇਹ ਤਾਂ ਸੋਹਲੇ ਕਹਿੰਦੇ ਸੀਗੇ, ਜਿਹੜੇ ਕਾਲੇ ਕਾਨੂੰਨ ਬਣਾਏ ਹੈਗੇ ਆ, ਖੇਤੀਬਾੜੀ ਕਾਨੂੰਨ ਬਣਾਏ, ਸੋਹਲੇ ਕਹਿੰਦੇ ਸੀਗੇ, ਇਹਨਾਂ ਚਿੱਠੀ ਲਿਆਉਂਦੀ ਸੈਂਟਰ ਗੌਰਮੈਂਟ ਲੋਕਾਂ ਨੂੰ ਪੜ੍ਹਾਈ, ਇੱਥੇ ਦੇਖੋ ਜੀ ਇਹ ਬਹੁਤ ਵਧੀਆ ਕਾਨੂੰਨ ਹੈਗੇ ਆ,
ਫਿਰ ਜਿਹੜਾ ਸੈਂਟਰ ਮਿਨਿਸਟਰ ਹੈਗਾ ਉਹ ਚੰਡੀਗੜ੍ਹ ਲੈ ਕੇ ਆਇਆ ਕਿਸਾਨਾਂ ਦੇ ਰੂਪ ਨੂੰ ਕੀਤਾ ਵੀ ਇਹ ਦੇਖੋ ਇਹ ਸਾਰੇ ਵਧੀਆ ਹੋ ਰਿਹਾ ਗਿਆ। ਇਹ ਤਾਂ ਜਦੋਂ ਪ੍ਰੈਸ਼ਰ ਜ਼ਿਆਦਾ ਪਿਆ ਨਾ ਇਹਨਾਂ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਰਿਜ਼ਾਈਨ ਦੇਣਾ ਪਿਆ, ਕੋਈ ਖੁਸ਼ੀ ਰਿਜ਼ਾਈਨ ਦਿੱਤਾ ਹੈਗਾ। ਦੂਜੀ ਗੱਲ ਤਾਂ ਤੁਹਾਨੂੰ ਮੈਂ ਕਿਹਾ ਵੀ ਬਾਦਲ ਬੜੇ ਬਾਦਲ ਸਾਨੂੰ ਹਜੇ ਤੱਕ ਵੀ ਕੋਰੋਨਾ ਖਿਲਾਫ਼ ਕੋਈ ਰਿਜ਼ਾਈਨ ਦਿੱਤਾ, ਸੋਰੀ ਬਿਆਨ ਦਿੱਤਾ ਹੈਗਾ ਆ। ਉੱਥੋਂ ਇੱਕ ਗੱਲ ਹੈਗੀ ਆ, ਇਹ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਾਲੇ ਹੈਗੇ ਆ ਇਹ ਸਾਡੇ ਪ੍ਰੋਟੈਸਟ ਕਰਦੇ ਆ। ਮੈਂ ਖੋਜੇ ਸਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਹ ਵੀ ਕਿਸਾਨ ਹੈਗੇ ਆ, ਮੈਂ ਵੀ ਕਿਸਾਨ ਆ, ਇਹ ਜੇ ਕਿਸਾਨ ਹੈਗੇ ਆ, ਇਹ ਕਿਸਾਨ ਦੇ ਨਾਲ ਨਾਲ ਇਹ ਕਿਸੇ ਪਾਰਟੀ ਦੇ ਸੰਬੰਧਿਤ ਵੀ ਹੈਗੇ ਆ, ਮੈਂ ਵੀ ਕਿਸੇ ਪਾਰਟੀ ਦੇ ਸੰਬੰਧਿਤ ਹੈਗਾ ਆ ਬਤੌਰ ਕਿਸਾਨ। ਸੋ ਇਸ ਕਰਕੇ ਜੇ ਮੰਨ ਲਓ ਸਪੋਜ਼ ਕਰੋ ਇਹ ਕੱਲ ਨੂੰ ਪ੍ਰੋਟੈਸਟ ਕਰਦੇ ਕਿਸਾਨਾਂ ਦਾ, ਉਹ ਤੇ ਜਾਂਦੇ ਹੈਗੇ ਪ੍ਰੋਟੈਸਟ ਦੇ ਵਿੱਚ, ਤਾਂ ਇਹਦਾ ਮਤਲਬ ਇਹ ਆ ਕਿ ਇਹ ਬਤੌਰ ਅਕਾਲੀ ਜਾਂਦੇ ਹੈਗੇ ਜਾਂ ਬਤੌਰ ਕਿਸਾਨ ਜਾਂਦੇ ਹੈਗੇ ਆ ਉੱਥੇ। ਅਗਰ ਸਪੋਜ਼ ਕਰੋ ਕੋਈ ਕਿਸਾਨਾਂ ਨੇ ਵਿਰੋਧ ਵਿਰੋਧ ਨੇ ਕੀਤਾ ਹੈਗਾ ਆ ਕਿਸੇ ਪਾਰਟੀ ਦੇ ਨੁਮਾਇੰਦੇ ਨੇ, ਤਾਂ ਹਰੇਕ ਜਿਹੜਾ ਕਿਸਾਨ ਹੈ ਕਿਸੇ ਨਾ ਕਿਸੇ ਪਾਰਟੀ ਨਾਲ ਅਟੈਚ ਹੈਗਾ ਆ। ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਕਿਸਾਨ ਹੈ ਉਹਨਾਂ ਦੀ ਕੋਈ ਪਾਰਟੀ ਹੈ ਨਹੀਂ। ਉਹ ਭਾਜਪਾ ਵਾਲੇ ਹੈਗੇ ਆ ਉਹ ਅੰਦਰ ਨਾਲ ਤਾਂ ਵੀ ਹੈਗੇ ਆ, ਕਿਉਂਕਿ ਜਿੰਨੇ ਭਾਜਪਾ ਬੜੇ ਨੇਤਾ ਹੈ ਪੰਜਾਬ ਛੱਡ ਕੇ ਆਏ ਨਾ, ਉਹ ਮੋਦੀ ਸਾਹਿਬ ਜਾਣ ਕੇ ਭੇਜੇ ਨੇ ਪਾਰਟੀ ਵਿੱਚ ਵੀ ਜੇ ਸਾਡੇ ਨੇਤਾ ਬਤੌਰ ਭਾਜਪਾ ਦੇ ਨੇਤਾ ਜਾਂਦੇ ਪਿੰਡਾਂ ਲੋਕਾਂ ਦਾ ਵਿਰੋਧ ਕਰਨਾ, ਫਿਰ ਇਹਨਾਂ ਨੂੰ ਅਡਾਪਟ ਕਰਤਾ, ਇਹਨਾਂ ਨੇ ਅਡਾਪਟ ਕਰ ਲਿਆ ਹੈਗੇ ਆ ਤਾਂ ਕਿ ਇਹ ਇਨਡਾਇਰੈਕਟਲੀ ਭਾਜਪਾ ਦੀ ਜਿਹੜੀ ਸਪੋਰਟ ਲੈ ਰਹੇ ਹੈਗੇ ਆ ਇਹ। ਖੋਜਵਾਲ ਸਾਹਿਬ ਬੜੀ ਵੱਡਾ ਐਲੀਗੇਸ਼ਨ ਤੁਹਾਡੇ ਤੇ ਲੱਗ ਗਿਆ ਕਿ ਤੁਸੀਂ ਹਲੇ ਵੀ ਜਿਹੜੀ ਅਕਾਲੀ ਦਲ ਜਿਹੜਾ ਹੈ ਉਹ ਬੀਜੇਪੀ ਦੇ ਨਾਲ ਉਹਨਾਂ ਦੀ ਕੁੰਡੀ ਹਲੇ ਵੀ ਜੁੜੀ ਹੋਈ ਹੈ, ਤਾਂ ਹੀ ਕਰਕੇ ਜਿਹੜਾ ਬੀਜੇਪੀ ਲੋਕਾਂ ਦਾ ਜਿਹੜਾ ਵਿਰੋਧ ਹੋ ਰਿਹਾ ਅਕਾਲੀ ਦਲ ਉਸਨੂੰ ਸ਼ਰਨ ਦੇ ਰਿਹਾ ਐਂਡ ਆਪਣਾ ਕੰਮ ਹੈ ਉਹ ਲਗਾਤਾਰ ਉਹ ਜਾਰੀ ਹੈ। ਇੱਕ ਹੋਰ ਵੱਡਾ ਸਵਾਲ ਉਹਨਾਂ ਨੇ ਪੁੱਛਿਆ ਕਿ ਵੱਡੇ ਬਾਦਲ ਸਾਹਿਬ ਨੇ ਹਲੇ ਤੱਕ ਕਿਸਾਨੀ ਬਿੱਲਾਂ ਦੇ ਅਗੇਂਸਟ ਇੱਕ ਵੀ ਬਿਆਨ ਨਹੀਂ ਹੈ ਜਦਕਿ ਹੱਕ ਵਿੱਚ ਦੇ ਚੁੱਕੇ ਨੇ। ਦੇਖੋ ਜੀ, ਸਰਕਾਰ ਦੇ ਵਿੱਚ ਸਾਡਾ 30 ਸਾਲ ਦਾ ਰਿਸ਼ਤਾ ਸੀ ਉਹਨਾਂ ਨਾਲ, ਸਰਕਾਰ ਦੇ ਵਿੱਚ ਰਹਿੰਦੇ ਹੋਏ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿਹੜੇ ਬਿੱਲ ਆ ਇਹ ਨਾ ਲੈ ਜਾਣ, ਜਿਹੜੀ ਆਪਣੀ ਸਾਡੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਕਾਂਗਰਸ ਦੇ ਜਿੰਨੇ ਐਮ ਪੀ ਸੀਗੇ ਉਹਨਾਂ ਸਾਰਿਆਂ ਨੇ ਜਿੱਦਾਂ ਉਹਦਾ ਵਿਰੋਧ ਕਰਨਾ ਸੀ ਸਾਰੇ ਵਾਕਆਊਟ ਕਰ ਗਏ। ਦੋ ਐਮ ਪੀ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬੀਬਾ ਹਰਸਿਮਰਤ ਕੌਰ ਨੇ ਵਿਰੋਧ ਕੀਤਾ, ਇਹ ਜਵਾਬ ਦੇਣ ਕਾਂਗਰਸ ਦੇ ਜਿਹੜੇ ਐਮ ਪੀ ਆ ਉਹਨੇ ਵਾਕਆਊਟ ਕੀਤਾ ਉਹਦੇ ਨਾਲ ਨਹੀਂ ਕੀਤਾ। ਦੂਸਰੀ ਗੱਲ ਜਿਹੜੀ ਆਪਾਂ ਕਰਦੇ ਹਾਂ, 32 ਕਿਸਾਨ ਯੂਨੀਅਨ ਜਿਹੜੀਆਂ ਪੰਜਾਬ ਦੇ ਵਿੱਚ ਕਹਿ ਰਹੀਆਂ ਇਕੱਲੇ ਬੀਜੇਪੀ ਦਾ ਵਿਰੋਧ ਕਰੋ, ਬਾਕੀ ਸਾਰੀਆਂ ਪਾਰਟੀਆਂ ਆਪਣਾ ਆਪਣਾ ਕੰਮ ਕਰਨ, ਬੀਜੇਪੀ ਨੂੰ ਪੰਜਾਬ 'ਚ ਆਪਾਂ ਨਹੀਂ ਵੰਡ ਦੇਣਾ, ਇਹ ਵੀ ਕਿਹੜੇ ਮੂੰਹ ਦੇ ਨਾਲ ਵਿਰੋਧ ਕਰਦੇ ਆ ਜੀ। ਓਕੇ, ਸੋ ਅਗਲਾ ਸਵਾਲ ਜਿਹੜਾ ਹੈ ਮੈਂ ਦੁਬਾਰਾ ਜਿਹੜੇ ਕਰਨਜੋਤ ਸਿੰਘ ਨੇ ਉਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਵੀ ਹੈਲਦੀ ਡੈਮੋਕ੍ਰੇਸੀ ਦਾ ਹਿੱਸਾ ਹੈ ਜੋ ਕਿ ਤੁਹਾਡੀ ਪਾਰਟੀ ਵਿੱਚ ਇਸ ਵਕਤ ਚੱਲ ਰਿਹਾ, ਸਿੱਧੂ ਸਾਹਿਬ ਜਾਂ ਫਿਰ ਕੈਪਟਨ ਸਾਹਿਬ ਉਹਨਾਂ ਦੀ ਗੱਲ, ਪਰ ਇੱਥੋਂ ਤੱਕ ਬਿਆਨ ਆ ਜਾਣੇ ਕਿ ਮੈਂ ਇੱਟ ਨਾ ਇੱਟ ਖੜਕਾ ਦੇਵਾਂਗਾ, ਜਾਂ ਤਾਂ ਹੋਵੇ ਨਾ ਬਿਆਨ ਜਿਹੜੇ ਨੇ ਅਸੀਂ ਓਪੋਜੀਸ਼ਨ ਦੇ ਕਿਸੇ ਲੀਡਰ ਨੂੰ ਦੇ ਰਹੇ ਹਾਂ, ਓਪੋਜੀਸ਼ਨ ਦੀ ਪਾਰਟੀ ਨੂੰ ਦੇ ਰਹੇ ਹਾਂ, ਆਪਣੀ ਹੀ ਪਾਰਟੀ ਦੇ ਆਪਣੇ ਹੀ ਜਿਹੜੇ ਸੀਐਮ ਜਿਹੜੇ ਨੇ ਉਹਨਾਂ ਨੂੰ ਇਨਡਾਇਰੈਕਟਰੀ ਜਾਂ ਡਾਇਰੈਕਟਰੀ ਕੁਝ ਵੀ ਕਹਿ ਦੇਣਾ ਐਂਡ ਟਵਿੱਟਰ 'ਤੇ ਦੂਜੇ ਦਿਨ ਹੀ ਕੋਈ ਨਾ ਕੋਈ ਵਿਵਾਦਿਤ ਬਿਆਨ ਦੇ ਦੇਣਾ ਜਾਂ ਕੁਝ ਗੱਲ ਕਹਿ ਦੇਣੀ, ਉਹ ਕਿੱਥੋਂ ਤੱਕ ਲੱਗਦਾ ਹੈ ਕਿ ਹਾਂ ਵੀ ਤੁਹਾਡੀ ਇੰਟਰਨਲ ਡੈਮੋਕ੍ਰੇਸੀ ਦਾ ਇੱਕ ਬੜਾ ਚੰਗਾ ਪੋਜ਼ਿਟਿਵ ਸਾਹਮਣਾ ਸਾਨੂੰ ਦਿਖਾਈ ਦਿੱਤਾ ਜਾ ਰਿਹਾ, ਉੱਥੇ ਤਾਂ ਗੱਲ ਹੋਰ ਹੀ ਲੱਗ ਰਹੀ ਹੈ ਕਿਉਂਕਿ ਪਿੱਛੇ ਜੀ ਆਪਾਂ ਦੇਖਿਆ ਕਾਫੀ ਸਾਰੇ ਤੁਹਾਡੀ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਤਾ ਕਿ ਸਾਡੇ ਜਿਹੜੇ ਸੀ ਐਮ ਸਾਹਿਬ ਨੇ ਉਹ ਠੀਕ ਨਹੀਂ ਨੇ, ਕਹਿਣ ਦਾ ਮਤਲਬ ਕਿ ਉਹ ਠੀਕ ਕੰਮਕਾਜ ਨਹੀਂ ਕਰ ਰਹੇ, ਸਿਰਫ ਡਰਾਇੰਗ ਰੂਮ ਤੱਕ ਹੀ ਉਹਨਾਂ ਦੀ ਜਿਹੜੀ ਸੀਮਤ ਹੈ, ਉਹਨਾਂ ਦੀ ਜਿਹੜੀ ਪਾਵਰ ਹੈ। ਸੋ ਉਹ ਐਡੇ ਵੱਡੇ ਬਿਆਨ ਆ ਜਿਹੜੇ, ਮੈਨੂੰ ਨਹੀਂ ਲੱਗਦਾ ਕਿ ਆਪਾਂ ਇਸ ਨੂੰ ਸਿਰਫ ਤੇ ਸਿਰਫ ਇੰਟਰਨਲ ਡੈਮੋਕ੍ਰੇਸੀ ਕਹਿ ਕੇ ਇਸ ਨੂੰ ਆਪਾਂ ਚੁੱਪ ਕਰਾ ਸਕੀਏ। ਦੇਖੋ ਸਰ, ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਹਰ ਆਰਗੇਨਾਈਜੇਸ਼ਨ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਤੁਸੀਂ ਇੱਕ ਗੱਲ ਦੇਖੋ, ਜੇ ਇੱਕ ਪਾਰਟੀ ਦੇ ਵਿੱਚ ਆਪਾਂ ਇੱਕ ਦੂਜੇ ਉੱਤੇ ਇਲਜ਼ਾਮ ਲਾ ਵੀ ਰਹੇ ਹਾਂ, ਉਹ ਕਿਹਦੇ ਲਈ ਲਾ ਰਹੇ ਹਾਂ? ਉਹ ਇੱਕ ਇਹੀ ਲਾ ਰਹੇ ਕਿ ਸਾਡਾ ਪਾਰਟੀ ਦਾ ਜਿਹੜਾ ਸਟਰਕਚਰ ਆ ਉਹ ਹੋਰ ਨਿਖਰ ਕੇ ਲੋਕਾਂ ਦੀ ਸੇਵਾ ਕਰਕੇ ਕਰਨ ਲਈ ਬਾਹਰ ਹੋਰ ਤਤਪਰ ਹੋ ਕੇ ਪੋਲਿਸ਼ ਹੋ ਕੇ ਨਿਕਲੇ।
ਪਰ ਕਰਨ ਜੋਤੀ ਲੋਕਾਂ ਚ ਅਕਸ ਮਾੜਾ ਜਾ ਰਿਹਾ, ਲੋਕਾਂ ਚ ਅਕਸ ਮਾੜਾ ਜਾ ਰਿਹਾ ਕਿ ਉਹਨਾਂ ਦਾ ਆਪਣੀ ਪਾਰਟੀ ਦਾ ਨੁਕਸਾਨ ਹੋ ਰਿਹਾ ਜੀ, ਪੰਜਾਬ ਦਾ ਨੁਕਸਾਨ ਹੋ ਰਿਹਾ ਇਹਦੇ ਨਾਲ। ਮੇਰੀ ਗੱਲ ਤਾਂ ਸੁਣ ਲਓ ਜੀ, ਲੈਟ ਮੀ ਸਪੀਕ। ਮੈਂ ਇਹ ਕਹਿ ਰਿਹਾ ਕਿ ਚਲੋ ਮੈਂ ਹੁਣ ਅਕਾਲੀ ਦਲ ਦੀ ਗੱਲ ਕਰਦਾ, ਕੀ ਅਕਾਲੀ ਦਲ ਵਿੱਚ ਕਿਸੇ ਨੂੰ ਵਿਰੋਧ ਕਰਨ ਦੀ ਕਦੀ ਓਪਰਚੁਨਿਟੀ ਕਿਸੇ ਨੂੰ ਮਿਲੀ ਆ ਅੱਜ ਤੱਕ? ਕੋਈ ਸੁਖਬੀਰ ਬਾਦਲ ਜੀ ਦੇ ਖਿਲਾਫ਼ ਕੁਛ ਬੋਲਦੇ ਅਗਲੇ ਦਿਨ ਉਹ ਪਾਰਟੀ ਚੋਂ ਬਾਹਰ ਹੁੰਦਾ, ਚਾਹੇ ਉਹ ਕਿੱਟਾ ਵੀ ਸੀਨੀਅਰ ਲੀਡਰ ਹੋਵੇ, ਚਾਹੇ ਉਹ ਟਕਸਾਲੀ ਅਕਾਲੀ ਹੋਵੇ, ਉਹ ਚਾਹੇ ਉਹਦੀ ਪਾਰਟੀ ਦੀ ਸੇਵਾ 20 ਸਾਲ 40 ਸਾਲ ਜਗਮੀਤ ਬਰਾੜ ਨੂੰ ਕਿਉਂ ਬਾਹਰ ਕੱਢਿਆ ਸੀਗਾ, ਪੁੱਛੋ ਇਹਨਾਂ ਨੂੰ ਜਗਮੀਤ ਬਰਾੜ ਨੂੰ ਕਿਉਂ ਬਾਹਰ ਕੱਢਿਆ ਗਿਆ ਸੀਗਾ। ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਸੁਖਬੀਰ ਬਾਦਲ ਸਾਹਿਬ ਖਿਲਾਫ਼ ਕੋਈ ਬੋਲੇ, ਚਾਹੇ ਉਹ ਕਿੱਡਾ ਵੀ ਪੁਰਾਣਾ ਲੀਡਰ ਹੋਵੇ, ਚਾਹੇ ਉਹ MLA ਹੋਵੇ, ਕੀ ਪਾਰਟੀ ਕੀ ਅਗਲੇ ਦਿਨ ਉਹ ਬਾਹਰ ਨਿਕਾਲਾ ਉਹਨੂੰ ਮਿਲਦਾ ਕਿ ਨਹੀਂ? ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਕਿ ਨਹੀਂ ਹੈ? ਠੀਕ ਹੈ ਨਾ, ਇਹ ਵੱਡੇ ਸੀਨੀਅਰ ਲੀਡਰ ਜਿਹੜੇ ਪਾਰਟੀ ਨੂੰ ਛੱਡ ਗਏ ਜਾਂ ਕੱਢ ਦਿੱਤੇ ਗਏ ਆ, ਉਹ ਇਹੀ ਸੀਗੀ ਕਿ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੀ ਤੇ ਪਾਰਟੀ ਵਿੱਚ ਕੋਈ ਇੰਟਰਨਲ ਡੈਮੋਕ੍ਰੇਸੀ ਨਹੀਂ। ਸਾਡੀ ਪਾਰਟੀ ਵਿੱਚ ਜੇ ਇੱਕ ਦੂਜੇ ਦੇ ਮਤਭੇਦ ਹੈਗੇ ਆ ਤਾਂ ਠੀਕ ਆ, ਉਹ ਅਸੀਂ ਰਿਜ਼ੋਲਵ ਕਰਾਂਗੇ ਤੇ ਲੋਕਾਂ ਨੂੰ ਉਹਦਾ ਕੋਈ ਬੈਟਰ ਆਊਟਕਮ ਦੇਵਾਂਗੇ ਤੇ ਹੋਰ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਸਟਰੋਂਗ ਹੋਊਗੀ, ਜਿਹਨਾਂ ਲੋਕਾਂ ਦਾ ਹੀ ਫਾਇਦਾ ਹੋਊਗਾ, ਲੋਕਾਂ ਦੀ ਗੱਲ ਹੀ ਸੁਣੀ ਜਾਊਗੀ। ਤੇ ਇਸ ਲਈ ਇੰਟਰਨਲ ਡੈਮੋਕ੍ਰੇਸੀ ਜਿੱਥੇ ਹੋਵੇ ਤਾਂ ਰਾਈਟ ਟੂ ਪ੍ਰੋਟੈਸਟ ਉੱਥੇ ਹੋਣਾ ਲਾਜ਼ਮੀ ਹੈ ਤੇ ਸਾਡੀ ਪਾਰਟੀ ਡੈਮੋਕ੍ਰੇਸੀ ਪ੍ਰਿੰਸੀਪਲਸ ਤੇ ਚੱਲਦੀ ਆ, ਇਸ ਲਈ ਸਾਡੀ ਪਾਰਟੀ ਚ ਮਤਭੇਦ ਆਪਸ ਹੋਊਗੇ, ਪਰ ਉਹ ਲੋਕਾਂ ਦੇ ਪ੍ਰਤੀ, ਲੋਕਾਂ ਦੇ ਬੈਨੀਫਿਟ ਲਈ ਤੇ ਲੋਕਾਂ ਦੇ ਕੰਸਰਨ ਲਈ ਹੀ ਹੁੰਦੇ ਜੀ। ਸੋ ਚਲੋ, ਨੋ ਡਾਊਟ ਤੁਸੀਂ ਫਿਰ ਘੁੰਮ ਫਿਰ ਕੇ ਉਹੀ ਆਂਸਰ ਤੇ ਆਏ ਕਿ ਇੰਟਰਨਲ ਜਿਹੜੀ ਡੈਮੋਕ੍ਰੇਸੀ ਉਹ ਇੱਕ ਹੈਲਦੀ ਡੈਮੋਕ੍ਰੇਸੀ ਤੁਸੀਂ ਮੰਨਦੇ ਹੋ। ਚਲੋ ਅਸੀਂ ਵੀ ਮੰਨਦੇ ਹਾਂ, ਪਰ ਫਿਰ ਵੀ ਜਦੋਂ ਤੋਂ ਸਿੱਧੂ ਸਾਹਿਬ ਜਿਹੜੇ ਨੇ ਪ੍ਰਧਾਨ ਬਣੇ ਨੇ, ਉਸ ਤੋਂ ਬਾਅਦ ਕੋਈ ਚੰਗਾ ਜਿਹੜਾ ਆਊਟਪੁੱਟ ਹਲੇ ਤੱਕ ਲੋਕਾਂ ਨੂੰ ਨਹੀਂ ਵੇਖਣ ਨੂੰ ਮਿਲਿਆ। ਚਲੋ, ਹੈਲਦੀ ਡੈਮੋਕ੍ਰੇਸੀ ਦਾ ਨਤੀਜਾ ਅਸੀਂ ਵੀ ਸਾਰੇ ਵੇਟ ਕਰਦੇ ਹਾਂ। ਇਸ ਤੋਂ ਇਲਾਵਾ ਖੋਜੇਵਾਲ ਸਾਹਿਬ ਹੁਣੀ ਤੋਂ ਅਸੀਂ ਜਵਾਬ ਲਵਾਂਗੇ, ਪਰ ਫਿਲਹਾਲ ਜਿਹੜਾ ਸਮਾਂ ਹੈ ਉਹ ਬ੍ਰੇਕ ਦਾ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਜਲਦੀ ਮਿਲਦੇ ਹਾਂ। ਬ੍ਰੇਕ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਇੱਕ ਆਖਰੀ ਸਵਾਲ ਪੁੱਛਣ ਤੋਂ ਪਹਿਲਾਂ ਜਿਹੜਾ ਸਵਾਲ ਤੁਰ ਰਿਹਾ ਉਹ ਮੈਂ ਪੁੱਛਾਂਗਾ ਰਣਜੀਤ ਸਿੰਘ ਖੋਜੇਵਾਲ ਹੁਣਾਂ ਤੋਂ ਕਿ ਜਿਹੜੀ ਗੱਲਬਾਤ ਕਰਨਜੋਤ ਹੁਣਾਂ ਨੇ ਕੀਤੀ ਹੈ ਕਿ ਉਹਨਾਂ ਵਿੱਚ ਤਾਂ ਚਲੋ ਹੈਲਦੀ ਡੈਮੋਕ੍ਰੇਸੀ ਚੱਲਦੀ ਹੈ, ਅਕਾਲੀ ਦਲ ਵਿੱਚ ਤਾਂ ਇਹ ਪ੍ਰਚਲਨ ਹੈ ਹੀ ਨਹੀਂ, ਉੱਥੇ ਤਾਂ ਕੋਈ ਅਗਰ ਕੋਈ ਸਵਾਲ ਪੁੱਛਦਾ ਤਾਂ ਉਸਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਹੈ ਦਿਖਾ ਦਿੱਤਾ ਜਾਂਦਾ, ਇਹਦੇ ਬਾਰੇ ਤੁਸੀਂ ਕੀ ਜਵਾਬ ਦਿੰਦੇ ਹੋ? ਦੇਖੋ ਜੀ, ਸਾਡੀ ਪਾਰਟੀ ਪੂਰੀ ਲੋਕਤੰਤਰਕ ਆ, ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੂਰੇ, ਸਾਡੀ ਕੋਰ ਕਮੇਟੀ ਕੰਮ ਕਰਦੀ ਹੈ, ਸਾਡੀ ਮੈਂਬਰ PAC ਕੰਮ ਕਰਦੀ ਹੈ, ਕਮੇਟੀਆਂ ਜੋ ਕੋਰ ਕਮੇਟੀ ਦਾ ਫੈਸਲਾ ਹੁੰਦਾ ਉਹ ਪ੍ਰਧਾਨ ਸਾਹਿਬ ਮੰਨਦੇ ਆ, ਔਰ ਉਸਦੇ ਨਾਲ ਨਾਲ ਜਿਹੜਾ ਹੁਣ ਬੰਦਾ 3-4 ਵਾਰੀ MLA ਸੀਟ ਤੋਂ ਹਾਰ ਗਿਆ ਉਹਨੂੰ ਦੁਬਾਰਾ ਟਿਕਟ ਕਿੱਦਾਂ ਦਿੱਤੀ ਜਾਵੇ? ਤੇ ਉਹਨੇ ਨੈਚੁਰਲੀ ਨਾਰਾਜ਼ ਹੋਣਾ ਹੀ ਹੋਣਾ ਜੀ। ਠੀਕ ਹੈ ਨਾ ਗੱਲ ਜੀ, ਅਸੀਂ ਸਰਕਾਰ ਬਣਾਉਣੀ ਆ, ਸਰਕਾਰ ਬਣਾਉਣ ਦੇ ਵਾਸਤੇ ਸਾਨੂੰ ਜਿਹੜੇ ਵਿਨਿੰਗ ਕੈਂਡੀਡੇਟ ਚਾਹੀਦੇ ਆ। ਜੇ ਬੰਦਾ 3-4 ਵਾਰੀ ਹਾਰ ਗਿਆ ਤੂੰ ਟਿਕਟ ਕਿੱਥੋਂ ਦਿੱਤੀ ਜਾ ਸਕਦੀ? ਸੁਭਾਵਿਕ ਕੀ ਆ ਕਿ ਉਹਦੇ 'ਚ ਨਿਰਾਸ਼ਾ ਪਾਈ ਜਾਣੀ ਬਾਕੀ ਆ, ਪਰ ਜਿਹੜੀ ਸਾਡੀ ਕੋਰ ਕਮੇਟੀ ਆ ਜੋ ਫੈਸਲਾ ਉਹ ਪ੍ਰਧਾਨ ਸਾਹਿਬ ਨੂੰ ਕਹਿੰਦੇ ਆ, ਪ੍ਰਧਾਨ ਸਾਹਿਬ ਉਹੀ ਬੋਲਦੇ। ਚਲੋ ਠੀਕ ਹੈ ਜੀ, ਸੋ ਹੁਣ ਅਸੀਂ ਆਖਰੀ ਸਵਾਲ ਵੱਲ ਵਧਦੇ ਹਾਂ ਅਤੇ ਉਹੀ ਮੁੱਦਾ ਜਿਸ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਕਿ ਮੁੱਦੇ ਜਿਹੜੇ ਨੇ ਜਦੋਂ ਛੋਟੇ ਹੁੰਦੇ ਨੇ ਅਗਰ ਉਹਨੂੰ ਉਦੋਂ ਹੀ ਸਾਂਭ ਲਿਆ ਜਾਵੇ, ਉਦੋਂ ਹੀ ਪੁਗਾ ਲਿਆ ਜਾਵੇ, ਤਾਂ ਜਿਹੜਾ ਉਹਦਾ ਅਖੀਰਲਾ ਜਿਹੜਾ ਰੂਪ ਆ, ਜਿਹੜਾ ਰੂਪ ਕਹਿੰਦਾ ਮਤਲਬ ਕਿ ਜਦੋਂ ਲੋਕ ਪ੍ਰੋਟੈਸਟ 'ਤੇ ਬਹਿੰਦੇ ਨੇ, ਫਿਰ ਜੋ ਵੀ ਹਮਲਾ ਹੁੰਦਾ ਜਾਂ ਫਿਰ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਮੌਤ ਹੋ ਜਾਂਦੀ ਹੈ, ਸੋ ਉਹ ਜਿਹੜਾ ਐਂਡਲਾ ਜਿਹੜਾ ਪਾਸਾ ਵਾ ਉਹ ਨਹੀਂ ਹੋਣਾ ਚਾਹੀਦਾ, ਉਸਨੂੰ ਮੁੱਢ ਤੋਂ ਹੀ ਰੋਕਿਆ ਜਾ ਸਕਦਾ। ਇਸ ਬਾਰੇ ਅਲੱਗ ਅਲੱਗ ਪਾਰਟੀਆਂ ਤੋਂ ਮੈਂ ਵਿਚਾਰ ਲੈਣਾ ਚਾਹਾਂਗਾ ਕਿ ਉਹਨਾਂ ਦਾ ਕੀ ਬਿਆਨ ਹੈ, ਉਹ ਕੀ ਕਹਿੰਦੀ ਇਸ ਮੁੱਦੇ ਦੇ ਉੱਪਰ ਕਿ ਉਸਨੂੰ ਛੋਟੇ ਹੁੰਦੇ ਕਿਉਂ ਨਹੀਂ ਸਾਂਭ ਲਿਆ ਜਾਂਦਾ? ਸਭ ਤੋਂ ਪਹਿਲਾਂ ਮੈਂ ਕਰਨਜੋਤ ਹੁਣਾਂ ਤੋਂ ਪੁੱਛਾਂਗਾ। ਦੇਖੋ ਸਰ, ਕਈ ਵਾਰੀ ਕੀ ਹੁੰਦਾ, ਪਹਿਲਾਂ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਆ, ਜਿਵੇਂ ਮੈਂ ਆਪਣੀ ਗੱਲ ਸ਼ੁਰੂਆਤ ਹੀ ਕੀਤੀ ਸੀਗੀ ਕਿ ਸਰਕਾਰਾਂ ਕਿਹਨਾਂ ਲਈ ਹੁੰਦੀਆਂ, ਸਰਕਾਰਾਂ ਲੋਕਾਂ ਦੀ ਭਲਾਈ ਲਈ, ਲੋਕਾਂ ਦੀ ਬੈਟਰਮੈਂਟ ਲਈ ਹੁੰਦੀਆਂ ਜੇ ਸਰਕਾਰਾਂ ਆਪ।
ਤੇ ਜਿਹੜੇ ਮੁੱਦੇ ਆ ਜਦੋਂ ਸ਼ੁਰੂ ਹੁੰਦੇ ਆ ਉਹਨੂੰ ਉਸ ਵੇਲੇ ਹੀ ਉਹਨੂੰ ਕੰਟਰੋਲ ਕਰ ਲੈਣਾ ਚਾਹੀਦਾ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਬਾਕੀ ਕਈ ਵਾਰੀ ਕੀ ਹੁੰਦਾ ਕਿ ਆਪਣਾ ਮੁੱਦਾ ਕੋਈ ਹੁੰਦਾ ਉਹ ਰੂਪ ਕਿਸੇ ਹੋਰ ਚੀਜ਼ ਦਾ ਧਾਰਨ ਕਰਦਾ, ਕਹਿ ਲਓ ਬਿਕੋਜ਼ ਆਫ ਪੋਲੀਟੀਕਲ ਓਪੋਜੀਸ਼ਨ ਕਹਿ ਲਓ ਜਾਂ ਵਾਟ ਐਵਰ ਕਹਿ ਲਓ। ਹੁਣ ਜੇ ਅਸੀਂ ਗੰਨਿਆਂ ਦੀ ਗੱਲ ਕੀਤੀ ਸੀ, ਜੇ ਅਸੀਂ ਪੰਜਾਬ ਸਰਕਾਰ ਨੇ ਮੁੱਦਾ ਗੰਨਿਆਂ ਦਾ ਰਿਜ਼ੋਲਵ ਕਰ ਦਿੱਤਾ, ਗੁੱਡ ਗਵਰਨੈਂਸ ਮਾਡਲ ਦੀ ਐਗਜ਼ਾਮਪਲ ਇੱਕ ਪ੍ਰੈਜ਼ੈਂਟ ਕੀਤੀ ਆ, ਪਰ ਜੇ ਓਪੋਜੀਸ਼ਨ ਫਿਰ ਵੀ ਕਹੀ ਜਾਵੇ ਜੀ ਆ ਵੀ ਘੱਟ ਆ ਜੀ, ਹੋਰ ਹੋ ਜਾਣੀ ਚਾਹੀਦੀ ਸੀ, ਇਹ ਸਹੀ ਢੰਗ ਨਾਲ ਨਹੀਂ ਹੋਈ ਜੀ, ਇਹ ਪਹਿਲਾਂ ਨਹੀਂ ਹੋਈ ਜੀ, ਇਹ ਪਿੱਛੋਂ ਨਹੀਂ ਹੋਈ ਜੀ, ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਚੀਜ਼ ਆਪਾਂ ਡਿਲੀਵਰ ਕਰ ਚੁੱਕੇ ਹਾਂ ਉਹ ਤਾਂ ਉਹਨਾਂ ਕੋਲ ਐਕਸੈਪਟ ਤੇ ਡਾਇਜੈਸਟ ਨਹੀਂ ਕਰ ਹੁੰਦੀ, ਬਿਕੋਜ਼ ਉਹਨਾਂ ਨੂੰ ਹੁੰਦਾ ਕਿ ਉਹ ਕਿਉਂ ਕਰਤੀ, ਪਲੱਸ ਸਮਾਂ ਕੇ ਹੋਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਧਰਨਿਆਂ ਪ੍ਰਦਰਸ਼ਨਾਂ 'ਚ ਹੋਰ ਉਹ ਕਰਨ ਲਈ ਕਰਦੇ ਆ, ਤਾਂ ਕਿ ਲੋਕ ਕਿਸੇ ਨਾ ਕਿਸੇ ਢੰਗ ਕੋਈ ਨਾ ਕੋਈ ਆਪਣਾ ਵਿਰੋਧ ਪ੍ਰੈਜੈਂਟ ਕਰ ਸਕਣ। ਪਰ ਇਹ ਦਰਅਸਲ ਜਿਹੜੇ ਲੋਕ ਵਿਰੋਧ ਪ੍ਰੈਜੈਂਟ ਕਰਦੇ ਹੁੰਦੇ ਆ ਮੁੱਦੇ ਸੋਲਵ ਹੋਣ ਤੋਂ ਬਾਅਦ ਵੀ, ਉਹ ਦਰਅਸਲ ਉਹ ਲੋਕ ਨਹੀਂ ਹੁੰਦੇ ਜਿਹਨਾਂ ਦੇ ਪ੍ਰੋਬਲਮਸ ਹੱਲ ਨਹੀਂ ਹੋਈਆਂ ਹੁੰਦੀਆਂ, ਉਹ ਇੱਕ ਓਪੋਜੀਸ਼ਨ ਹੁੰਦੀ, ਤੇ ਲੋਕਾਂ ਦੇ ਮੁੱਦੇ ਆਪਾਂ ਹੱਲ ਕਰ ਦਿੰਦੇ ਆ, ਤਦ ਤੱਕ ਤਾਂ ਤੁਸੀਂ ਮੰਨ ਸਕਦੇ ਆ ਕਿ ਲੋਕੀ ਵਾਕਈ ਹੀ ਅਪੋਜ਼ ਕਰ ਰਹੇ ਸੀ, ਧਰਨੇ ਦੇ ਰਹੇ ਸੀ। ਪਰ ਜਿੱਦਾਂ ਹੁਣ ਸ਼ੂਗਰ ਕੇਸ ਰਿਜ਼ੋਲਵ ਕਰ ਦਿੱਤਾ, ਹੋਰ ਵੀ ਕਈ ਇੱਧਰ ਰਿਜ਼ੋਲਵ ਕਰ, ਇਹ ਤੋਂ ਬਾਅਦ ਜਿਹੜੇ ਲੋਕੀ ਹਲੇ ਵੀ ਬੋਲ ਰਹੇ ਆ ਦੈਟ ਇਜ਼ ਓਪੋਜੀਸ਼ਨ, ਦੈਟ ਆਰ ਨੋਟ ਰੀਅਲ ਲੋਕ, ਜਿਹੜੇ ਬੈਨੀਫਿਟ ਨਹੀਂ ਹੋਏ ਇਹਨਾਂ ਤੋਂ ਜਾਂ ਜਿਹੜੇ ਜਿਹਨਾਂ ਨੂੰ ਫਾਇਦਾ ਨਾ ਮਿਲ ਸਕਿਆ ਸਰਕਾਰ ਦੀਆਂ ਪਾਲਿਸੀਜ਼ ਦਾ। ਦੇਖੋ ਧਰਨੇ ਦੋ ਹੁੰਦੇ ਆ, ਧਰਨਾ ਇੱਕ ਤਾਂ ਇਹ ਹੁੰਦਾ ਵਾ ਕਿ ਵਾਕਈ ਲੋਕਾਂ ਨੂੰ ਨੀਡ ਬੇਸ ਧਰਨਾ, ਜਿੱਦਾਂ ਗੰਨੇ ਦੀ ਵਾਕਈ MSP ਦੀ ਲੋੜ ਆ, ਜਾਂ ਉੱਥੇ ਦਿੱਲੀ ਵਿੱਚ ਜਿਹੜੇ ਕਿਸਾਨ ਘਰ ਬੈਠੇ ਆ ਉਹਦੀ ਵਾਕਈ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਆ ਰਿਲੇਟਿਡ ਟੂ ਫਾਰਮ ਬਿੱਲ ਉਹ ਅਮੈਂਡ ਹੋਣੀਆਂ ਚਾਹੀਦੀਆਂ, ਉਹ ਨੀਡ ਬੇਸ ਧਰਨਾ। ਇੱਕ ਹੁੰਦਾ ਜਿਹੜਾ ਓਪੋਜੀਸ਼ਨ ਆਪ ਕ੍ਰੀਏਟ ਕਰਦੀ, ਸੋ ਜਿਹੜੇ ਤਾਂ ਨੀਡ ਬੇਸ ਧਰਨੇ ਆ ਉਹਨਾਂ ਨੂੰ ਤਾਂ ਸਰਕਾਰਾਂ ਨੂੰ ਉਹ ਤੇ ਤਾਂ ਬਿਲਕੁਲ ਧਿਆਨ ਦੇਣਾ ਚਾਹੀਦਾ, ਜਿਵੇਂ ਕਿ ਪੰਜਾਬ ਸਰਕਾਰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤਾ। ਜਿਹੜੇ ਉੱਦਾਂ ਅਰਾਈਜ਼ਿੰਗ ਆਊਟ ਆਫ ਓਪੋਜੀਸ਼ਨ ਹੁੰਦੇ ਆ ਉਹ ਕਈ ਵਾਰੀ ਨਿਗਲੈਕਟ ਵੀ ਹੋਣੇ ਚਾਹੀਦੇ, ਮੇਰਾ ਮੰਨਣਾ ਹੈ। ਕਰਨਜੋਤ ਜੀ, ਜਿਹੜੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੁੱਦੇ ਨੇ ਜਿਵੇਂ ਟੀਚਰਸ ਦੇ ਨੇ ਜਾਂ ਠੇਕੇ ਦੇ ਮੁਲਾਜ਼ਮਾਂ ਦੇ ਨੇ, ਉਹਨਾਂ ਮੁੱਦਿਆਂ ਤੋਂ ਵੀ ਥੋੜ੍ਹਾ ਗੌਰ ਕੀਤਾ ਜਾਵੇ, ਕਿਉਂਕਿ ਜਿੰਨੀ ਤਨਖਾਹ ਉਹਨੂੰ ਦਿੱਤੀ ਜਾਂਦੀ ਹੈ ਉਹ ਗੁਜ਼ਾਰੇਯੋਗ ਨਹੀਂ ਹੈ, ਅਤੇ ਉਹਨਾਂ ਦੇ ਵੀ ਧਰਨੇ ਜਿਹੜੇ ਨੇ ਕਿਸੇ ਕਾਫੀ ਹੱਦ ਤੱਕ ਸਹੀ ਨੇ। ਇਸ ਤੋਂ ਇਲਾਵਾ ਮੈਂ ਹੁਣ ਅਗਲਾ ਸਵਾਲ ਸੇਮ ਸਵਾਲ ਜਿਹੜਾ ਹੈ ਮੈਂ ਆਮ ਆਦਮੀ ਪਾਰਟੀ ਦੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਜੀ ਹੋਣਾਂ ਤੋਂ ਪੁੱਛਦਾ ਵਾਂ ਕਿ ਉਹਨਾਂ ਦਾ ਕੀ ਜਵਾਬ ਇਸ ਪੂਰੇ ਮੁੱਦੇ ਦੇ ਉੱਪਰ। ਦੇਖੋ, ਜਿੱਥੇ ਮੈਂ ਸ਼ੁਰੂ ਵਿੱਚ ਕਿਹਾ ਸੀਗਾ ਨਾ ਜੀ, ਇਹ ਜੇ ਗੱਲ ਤਾਂ ਜੇ ਇਹ ਮੁੱਦੇ ਜਿਹੜੇ ਹੈਗੇ ਆ ਅਗੇਂਸਟ ਰੂਲਿੰਗ ਪਾਰਟੀ ਹੁੰਦੇ ਆਲਵੇਜ਼, ਕਿਉਂਕਿ ਰੂਲਿੰਗ ਪਾਰਟੀ ਸਾਰੇ ਮਸਲੇ ਹੱਲ ਕਰਨੇ ਹੁੰਦੇ ਹੈਗੇ ਆ। ਹੁਣ ਪੰਜਾਬ ਵਿੱਚ ਕੀ ਹੈਗੇ, ਪੰਜਾਬ ਵਿੱਚ ਤੁਹਾਨੂੰ ਪਤਾ ਵੀ ਟੀਚਰ ਜੂਨੀਅਰ ਸਾਰੇ ਹੜਤਾਲ 'ਤੇ ਹੈਗੇ ਆ, ਜਿਹੜੇ 45-45 ਹਜ਼ਾਰ ਰੁਪਏ ਤਨਖਾਹ ਲੈਂਦੇ ਸੀਗੇ ਉਹਨਾਂ ਨੂੰ ਮਜ਼ਬੂਰ ਕੀਤਾ ਕਿ ਤੁਸੀਂ 10-10 ਹਜ਼ਾਰ 'ਤੇ ਕੰਮ ਕਰੋ, ਸੋ ਇਟ ਇਜ਼ ਨੋਟ ਪੋਸੀਬਲ। ਸੋ ਅਗਰਵਾਲੀ ਵਰਕਰ ਜਿਹੜੇ ਹੈ ਉਹ ਹੜਤਾਲ 'ਤੇ ਬੈਠੇ ਹੈਗੇ ਆ, ਰੈਵਨਿਊ ਸਟਾਫ ਸਾਰੇ ਪਟਵਾਰੀ ਪਿਛਲੇ 3 ਮਹੀਨੇ ਹੜਤਾਲ 'ਤੇ ਬੈਠੇ ਹੈਗੇ ਆ, ਸਫਾਈ ਕਰਮਚਾਰੀ ਸਾਰੀ ਹੜਤਾਲ 'ਤੇ ਬੈਠੇ ਹੈਗੇ ਆ। ਸੋ ਇਹ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਨਾ ਜੀ, ਪਹਿਲੀ ਗੱਲ ਤਾਂ ਇਹਦੇ ਕਿਹੜੀ ਨੀਅਤ ਜਾਂ ਖੋਟ ਹੈਗੀ ਹੈ, ਚਾਹੁੰਦੇ ਹੈ ਮਸਲੇ ਹੱਲ ਨੂੰ। ਦੂਜੀ ਗੱਲ ਇਹ ਹੈਗੀ ਆ ਕਿ ਇਹ ਕਹਿੰਦੇ ਸਾਡਾ ਖਜ਼ਾਨਾ ਖਾਲੀ ਹੈਗਾ, ਖਜ਼ਾਨਾ ਖਾਲੀ ਕਿਉਂ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹੈਗਾ ਆ, ਜਿਹੜਾ ਮਾਫੀਆ ਰਾਜ ਹੈਗਾ ਆ, ਮੇਰੇ ਖਿਆਲ ਦੋ ਹੀ ਪਾਰਟੀ ਇਸ ਗੱਲ ਮੰਨਣਗੇ ਕਿ ਮਾਫੀਆ ਰਾਜ ਪਿਛਲੇ 15 ਸਾਲ ਤੋਂ ਲਗਾਤਾਰ ਚੱਲ ਰਿਹਾ ਹੈਗਾ ਆ, ਜਿਹਨੂੰ ਖਤਮ ਕਰ ਲਈ ਕੋਈ ਰੈਵਨਿਊ ਕੋਈ ਫੰਡ ਨਹੀਂ ਚਾਹੀਦਾ। ਮੱਲੀ ਸਾਹਿਬ, ਸੇਮ ਗੱਲ ਰਿਪੀਟ ਹੋ ਰਹੀ ਹੈ, ਬਸ ਮੈਂ ਤੁਹਾਡੇ ਕੋਲ ਜਵਾਬ ਲੈਣਾ ਚਾਹਾਂਗਾ ਕਿ ਬਾਈ ਚਾਂਸ ਅਗਰ ਤੁਹਾਡੀ ਪਾਰਟੀ ਆਉਂਦੀ ਹੈ, ਜੇ ਤੁਹਾਡੀ ਪਾਰਟੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਮੁੱਢ ਤੋਂ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਜਿਵੇਂ ਹੁਣ ਲਮਕਾਉਣ ਦੀ ਕੋਸ਼ਿਸ਼ ਕਰੋਗੇ? ਬਿਲਕੁਲ ਲਮਕਾਇਆ ਜਾਊਗਾ, ਬਿਲਕੁਲ ਹੀ ਲਮਕਾਇਆ ਜਾਏਗਾ ਜੀ। ਤੁਸੀਂ ਦੇਖੋ ਕਿ ਸਾਡੀ ਸਰਕਾਰ ਆ ਜਾਵੇ, ਤੁਸੀਂ ਦੇਖੋਗੇ ਲੋਕੀ ਬਿਲਕੁਲ ਸ਼ਾਂਤੀ ਰਹਿਣਗੇ, ਔਰ ਹਰੇਕ ਬੰਦੇ ਜਿਹੜੀ ਲੋੜ ਹੈਗੀ ਉਹ ਪੂਰੀ ਕੀਤੀ ਜਾਵੇਗੀ। ਜਿਹੜੇ ਹੜਤਾਲ 'ਤੇ ਬੈਠੇ ਗਏ ਸਟਾਫ ਜਿੰਨਾ ਵੀ ਹੈ ਗਵਰਨਮੈਂਟ ਸਟਾਫ, ਸਾਰੇ ਪੂਰਾ ਸੈਟਿਸਫਾਈਡ ਕੀਤਾ ਜਾਏਗਾ ਉਹਨਾਂ ਨੂੰ ਜੀ, ਔਰ ਇਹ ਮੇਰਾ ਵਾਅਦਾ ਹੈਗਾ ਆ, ਕਿਉਂਕਿ ਸਾਨੂੰ ਪਤਾ ਅਸੀਂ ਰੈਵਨਿਊ ਕਿੱਦਾਂ ਇਕੱਠਾ ਕਰਨਾ ਹੈਗਾ ਆ।
ਜਿਹੜਾ ਰੈਵਨਿਊ ਪ੍ਰਾਈਵੇਟ ਪੋਲਿਸੀ ਜੇਬਾਂ ਜਾ ਰਿਹਾ ਉਹ ਸਾਰਾ ਸਰਕਾਰ ਦੇ ਖਜ਼ਾਨੇ ਜਾਊਗਾ, ਔਰ ਜੇ ਸਰਕਾਰ ਦੇ ਖਜ਼ਾਨੇ ਜਾਏਗਾ ਤਾਂ ਅਸੀਂ ਜਿਹੜਾ ਹਰੇਕ ਇੰਪਲਾਈ ਹੈਗਾ ਉਹਦੀ ਜਿਹੜੀ ਲੋੜ ਪੂਰੀ ਕਰਾਂਗੇ ਜੀ। ਜੀ ਸੋ ਅੰਤਿਮ ਸਵਾਲ, ਸੇਮ ਸਵਾਲ ਜਿਹੜਾ ਹੈ ਰਣਜੀਤ ਸਿੰਘ ਖੋਜਵਾਲ ਹੋਣਾ ਤੋਂ, ਕਿ ਤੁਸੀਂ ਜਦੋਂ ਤੁਹਾਡੀ ਪਾਰਟੀ ਜਦੋਂ ਆਉਂਦੀ ਹੈ ਜਾਂ ਤੁਸੀਂ ਇਸ 'ਤੇ ਕੀ ਜਵਾਬ ਦੇਣਾ ਚਾਹੋਗੇ? ਪਹਿਲਾਂ ਤਾਂ ਮੇਰੇ ਵੀਰ ਕਰਨਜੋਤ ਜੀ ਔਰ ਮਲੀ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਤੁਸੀਂ ਸਾਰੇ ਜਿਹੜੇ ਵੱਡੇ ਦਾਅਵੇ ਕਰਦੇ ਹਾਂ ਕਿ ਸਾਡੀ ਸਰਕਾਰ ਆਊਗੀ ਤਾਂ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ, ਠੀਕ ਹੈ ਜੀ। ਔਰ ਮੈਂ ਮੇਰੇ ਕਰਨਜੋਤ ਜੀ ਵੀਰ ਨੂੰ ਇੱਕ ਮਿੰਟ ਸਿਰਫ ਇੱਕ ਗੱਲ ਦਾ ਜਵਾਬ ਦੇ ਦਿੰਦਾ ਭਾਈ ਸਾਹਿਬ ਮੇਰੇ, ਜਿਹੜੇ ਕਿਸਾਨੀ ਆਪਾਂ ਕਿਸਾਨੀ ਮੁੱਦੇ ਦੇ ਉੱਪਰ ਆਪਾਂ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ, ਜਿਹੜੇ ਆਪਾਂ ਕਿਹਾ ਸੀ ਵੀ ਸਾਡਾ ਆੜ੍ਹਤੀਆਂ ਦਾ ਆਪਣਾ ਕੋਆਪਰੇਟਿਵ ਬੈਂਕਾਂ ਦਾ ਹੋਰ ਬੈਂਕਾਂ ਦਾ ਕਰਜ਼ਾ ਕਿਸਾਨਾਂ ਦੇ ਉੱਪਰ ਲੀਕ ਵੱਜ ਜਾਊਗੀ, ਉਹ ਲਕੀਰ ਕਦੋਂ ਨੂੰ ਫਿਰੂਗੀ ਸਾਨੂੰ ਇੰਨਾ ਜਵਾਬ ਦੇ ਦਿਓ ਬਸ, ਬਾਕੀ ਇੰਨੀ ਬਹੁਤ ਬੜੀ ਮਿਹਰਬਾਨੀ। ਲਕੀਰ ਫਿਰਨੀ ਖੋਜਾ ਸਾਹਿਬ ਸ਼ੁਰੂ ਹੋ ਚੁੱਕੀ ਆ, ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਚੁੱਕਾ ਵਾ, ਪੋਲਿਸੀ ਆਪਾਂ ਵੀ ਕਿਸਾਨ ਆ, ਆਪਾਂ ਵੀ ਕਿਸਾਨ ਆ, ਸਾਰੇ ਆਪਾਂ ਕਿਸਾਨ ਹੀ ਆ, ਹਨਾ, ਦੱਸਿਓ ਮੈਂ ਸੁਣਿਆ ਨੀ ਦੁਬਾਰਾ ਬੋਲੀਓ। ਮੇਰਾ ਕਹਿਣ ਦਾ ਭਰਾ ਇਹ ਆ ਵੀ ਆਪਾਂ ਸਾਰੇ ਜ਼ਿਮੀਦਾਰ ਆ, ਕਿਸਾਨ ਭਰਾ ਆ, ਕਿਸਾਨਾਂ ਦੇ ਨਾਲ ਆ, ਔਰ ਪੰਜਾਬ ਦੇ ਵਿੱਚ ਜੋ ਮੈਂ ਮੇਰੇ ਮੁਤਾਬਕ ਇਕੱਲੇ ਬੀਜੇਪੀ ਦਾ ਵਿਰੋਧ ਹੋਣਾ ਚਾਹੀਦਾ, ਹੋਰ ਕਿਸੇ ਪਾਰਟੀ ਦਾ ਵਿਰੋਧ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਲੋਕ ਗੱਲ ਫਿਰ ਪੂਰੀ ਹੋ ਜਾਂਦੇ ਭਾਜੀ, ਹੈ ਨਾ, ਮੈਂ ਸਰ ਤੁਹਾਨੂੰ ਇੰਨੀ ਰਿਕੁਐਸਟ ਕਰ ਜੇ ਤੁਹਾਡੀ ਮਾੜੀ ਮੋਟੀ ਚੱਲਦੀ ਆ ਤੇ ਕਿਸਾਨੀਆਂ ਕਰਜ਼ੇ ਉੱਪਰ ਲੀਕ ਮਰਾ ਸਕਦੇ ਤੁਸੀਂ ਮਰਾ ਦਿਓ। ਕੋਈ ਗੱਲ ਨੀ ਜੀ, ਪਾਰਟੀ ਵੱਲ ਪਾਰਟੀ ਨੇ ਕੰਮ ਸ਼ੁਰੂ ਕਰ ਦਿੱਤਾ ਹੋਇਆ, ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਚੁੱਕਾ ਹੋਇਆ, ਤੇ ਹੌਲੀ ਹੌਲੀ ਜਿਹੜੇ ਸਾਡੇ ਮੀਡੀਅਮ ਵਰਗ ਦੇ ਆ ਪਾਰਟੀ ਉਹਨਾਂ ਵੱਲ ਵੀ ਜਾ ਰਹੀ ਆ, ਪਰ ਤੁਹਾਡਾ ਦਰਦ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਜਿਹੜਾ ਕਿਸਾਨੀ ਪ੍ਰਤੀ ਆ ਉਹ ਜ਼ਾਹਿਰ ਕਰਨਾ ਮੈਨੂੰ ਠੀਕ ਇਸ ਲਈ ਨਹੀਂ ਲੱਗਦਾ ਕਿ ਤੁਸੀਂ ਜਿਹੜੇ ਆ ਕਿਸਾਨ ਮਾਰੂ ਕਿਸਾਨ ਬਿੱਲ ਬਣੇ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੋਮਣੀ ਅਕਾਲੀ ਦਲ ਦੇਖੋ ਜੀ, ਦੋਨੋਂ ਜਾਣੇ ਦੋਨੋਂ ਜਾਣਿਆਂ ਦੇ ਬੋਲਣ ਨਾਲ ਕੋਈ ਆਵਾਜ਼ ਸਾਹਮਣੇ ਸਹੀ ਤਰ੍ਹਾਂ ਕਰਨਜੋਤ ਜੀ, ਇਸ ਪੂਰੇ ਗੱਲ ਦੇ ਉੱਪਰ ਤੁਸੀਂ ਕੈਬਨਿਟ ਸੀਗੇ, ਦੇਖੋ ਜੀ ਪੂਰੀ ਵਿਚਾਰ ਚਰਚਾ ਕੈਬਨਿਟ ਮੰਤਰੀ ਮੈਡਮ ਹਰਸਿਮਰਤ ਕੌਰ ਬਾਦਲ, ਮੈਂ ਕਿਹਾ ਵਰਦਾ ਕੈਬਨਿਟ ਮੰਤਰੀ ਹੋਣਾ ਇੱਕ ਅਲੱਗ ਗੱਲ ਹੈ, ਨਹੀਂ ਸਰਕਾਰ ਦੇ ਵਿੱਚ ਜਿਹੜਾ ਆ ਉਹ ਰਹਿ ਕੇ ਕੰਮ ਕਰਾਉਣਾ ਸਾਡੀ ਮਨਸ਼ਾ ਸੀਗੀ, ਪਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਬੀਜੇਪੀ ਨੇ, ਦੋ ਬੰਦਿਆਂ ਨੇ
ਕੈਬਨਿਟ ਮੰਤਰੀ ਦਾ ਉਹਦਾ ਸਰ ਛੱਡ ਦਿੱਤਾ ਬੀਬਾਰ ਸਿਮਰਤ ਕੌਰ ਨੇ ਕੋਈ ਸਰਪੰਚ ਨਹੀਂ ਸਰ ਛੱਡਦਾ ਦੇਖੋ ਜੀ ਅਸੀਂ ਅਸੀਂ ਕਰਨਜੋਤ ਜੀ ਖੋਜੇਵਾਲ ਜੀ ਕਰਨ ਲੋਕਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਕਰਨਜੋਤ ਜੀ ਸਰ ਸਵਾਲ ਬਦਲ ਕਰਦੇ ਆ ਆਪਣੀ ਸਟੇਟਮੈਂਟ ਰਹੀ ਆ ਕਰਨਜੋਤ ਜੀ ਖੋਜੇਵਾਲ ਜੀ ਆਪਾਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਇੱਕ ਸਕਾਰਾਤਮਕ ਖੋਜੇਵਾਲ ਜੀ ਕਰਨਜੋਤ ਜੀ ਅਸੀਂ ਸਕਾਰਾਤਮਕ ਵਿਚਾਰ ਚਰਚਾ ਦੇ ਤਹਿਤ ਅਸੀਂ ਇੱਥੇ ਜੁੜੇ ਸੀਗੇ ਬੜੀ ਵਧੀਆ ਡਿਸਕਸ਼ਨ ਅਸੀਂ ਕੀਤੀ ਆ ਹੁਣ ਅੰਤਿਮ ਦੌਰ ਦੇ ਵਿੱਚ ਤੁਸੀਂ ਫੇਰ ਜਿਹੜੇ ਐਲੀਗੇਸ਼ਨ ਦਾ ਜਿਹੜਾ ਦੌਰ ਸ਼ੁਰੂ ਕਰ ਦਿੱਤਾ ਖੋਜੇਵਾਲ ਸਾਹਿਬ ਮੇਰਾ ਇੱਕ ਸਵਾਲ ਆਇਆ ਜੀ 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 ਬੋਲੋ ਬੋਲੋ ਭਾਜੀ ਖੋਜੇਵਾਲ ਸਾਹਿਬ ਕਹਿੰਦੇ ਹੈਗੇ ਕਿ ਜੋ ਅਕਾਲੀ ਦਲ ਨੇ ਕਿਹਾ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਵੀ 2017 ਵਿੱਚ ਤੁਹਾਡੀ ਪਾਰਟੀ ਵਿੱਚ 15 ਸੀਟਾਂ ਕਿਉਂ ਸਮਝ ਗਈ ਜੇ ਤੁਸੀਂ ਸਭ ਕੀਤਾ ਸੀਗਾ ਤਾਂ ਕੀ ਕੀਤਾ ਸੀਗਾ ਜੇ ਤੁਸੀਂ ਸਾਰੇ ਵਾਅਦੇ ਪੂਰੇ ਕੀਤੇ ਸੀਗਾ ਤਾਂ 2017 ਦੇ ਵਿੱਚ ਤੁਹਾਡੀ ਪਾਰਟੀ 15 ਸੀਟਾਂ 'ਤੇ ਕਿਉਂ ਰਹਿ ਗਈ ਚਲੋ ਜੇ ਸਾਡੀ ਪਾਰਟੀ ਨੇ ਗਲਤੀ ਕੀਤੀ ਲੋਕਾਂ ਨੂੰ ਲੋਕ ਫਤਵਾ ਕਾਂਗਰਸ ਜਿਹੜਾ ਬੰਦਾ ਕੰਮ ਕਰਦਾ ਗਲਤੀ ਵੀ ਹੋ ਜਾਂਦੀ ਆ ਕੋਈ ਮੰਨਣਾ ਕੋਈ ਗੁਨਾਹ ਨੀ ਹੈਗਾ ਚਲੋ ਠੀਕ ਹੈ ਜੀ ਜਿਹੜੀ ਮਰਜ਼ੀ ਪਾਰਟੀ ਮੱਲੀ ਸਾਹਿਬ ਖੋਜੇਵਾਲ ਸਾਹਿਬ ਕਰਨਜੋਤ ਜੀ ਜਿਹੜੀ ਮਰਜ਼ੀ ਪਾਰਟੀ ਆਵੇ ਅਸੀਂ ਸਾਰੇ ਪੰਜਾਬੀ ਆ ਤੇ ਮੜੇ ਮਸਲੇ ਨੇ ਉਹ ਸਾਰੇ ਪੰਜਾਬੀ ਨੇ ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਹੜੀ ਮਰਜ਼ੀ ਪਾਰਟੀ ਆਵੇ ਬਸ ਲੋਕਾਂ ਦਾ ਹਿੱਤ ਹੋਵੇ ਲੋਕਾਂ ਦੇ ਭਲਾ ਹੋਵੇ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ 'ਤੇ ਕੰਮ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਬੜੀ ਸਾਰੀ ਆਵਾਮ ਜਿਹੜੀ ਹੈ ਸਪੈਸ਼ਲੀ ਜਿਹੜਾ ਯੂਥ ਹੈ ਜਿਹੜਾ ਬਾਹਰ ਨੂੰ ਤੁਰਿਆ ਹੋਇਆ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਲਈ ਹੀ ਕੰਮ ਕਰੇ ਅਤੇ ਪੰਜਾਬ ਨੂੰ ਅਸੀਂ ਦੁਬਾਰਾ ਮੁੜ ਖੁਸ਼ਹਾਲ ਬਣਾਈਏ ਸੋ ਅੱਜ ਦੀ ਇਸ ਡਿਬੇਟ ਵਿੱਚ ਅੱਜ ਦੀ ਇਸ ਵਿਚਾਰ ਚਰਚਾ ਤੁਸੀਂ ਸਾਰਿਆਂ ਨੇ ਪਾਰਟੀਸਪੇਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਰਿਆਂ ਦਾ